ਮੇਰੇ ਇੱਧਰ ਵੀ ਕੁੜੀਆਂ, ਮੇਰੇ ਇੱਧਰ ਵੀ ਕੁੜੀਆਂ, ਦੇਖੋ ਮੈਂ ਕਿੱਡਾ ਹੌਟ ਬੰਦਾ। 13 ਤਰੀਕ ਨੂੰ ਦੇਖੋ ਫਿਲਮ ਚਿੜੀਆਂ ਦਾ ਚੰਬਾ। ਕੁਝ ਲੜਾਈਆਂ ਵਿਉਂਤਬੰਦੀ ਨਾਲ ਨਹੀਂ, ਜਜ਼ਬੇ ਨਾਲ ਲੜੀਆਂ ਜਾਂਦੀਆਂ ਨੇ। ਮੈਂ 26 ਘੰਟੇ ਤੋਂ ਸ਼ੂਟ ਕਰਕੇ ਆਇਆ ਸੀ, ਜਸਟ ਟੈਲ ਮੀ ਕਿ ਉਹ ਕਿਹੋ ਜਿਹਾ ਸੀਗਾ, ਨਾ ਮੇਕਅਪ ਹੈ ਨਾ ਕੁਛ ਹੈ। ਸੋਹਣੇ ਸੋਹਣੇ ਜਾਂਦੇ ਸੀ ਅਗਰ ਸੈੱਟ 'ਤੇ, ਤਾਂ ਅਗਰ ਮਾੜਾ ਵੀ ਹਲਕਾ ਜਿਹਾ ਮਤਲਬ ਸੋਹਣੇ ਲੱਗ ਗਏ ਨਾ ਜਿਸ ਦਿਨ, ਉਸ ਦਿਨ ਪ੍ਰੇਮ ਜੀ ਕਹਿੰਦੇ ਸੀ ਚੱਕੋ ਮਿੱਟੀ ਪਾਓ ਇਹਨਾਂ ਦੇ ਉੱਤੇ। ਜਦੋਂ ਐਕਚੁਲੀ ਤੁਸੀਂ ਆਪਣੇ ਪਸੰਦ ਦਾ ਕਿਰਦਾਰ ਕਰਦੇ ਹੋ ਔਰ ਕੰਟੈਂਟ ਕਰਦੇ ਹੋ ਨਾ, ਭਾਵੇਂ 26 ਘੰਟੇ ਹੋਣ ਭਾਵੇਂ 36 ਘੰਟੇ ਹੋਣ, ਚਰਨ ਨੂੰ ਐਵੇਂ ਫੜ ਕੇ ਕੁੜੀਆਂ ਨੇ ਕੁੱਟਿਆ ਹੋਇਆ ਚਰਨ, ਦਿਸ ਇਜ਼ ਨਾਟ ਰਾਈਟ। ਛੋਟਾ ਜਿਹਾ ਸ਼ਾਰਟ ਇੱਕ ਟ੍ਰੇਲਰ 'ਚ ਆਇਆ ਜਿੱਥੇ ਅਸੀਂ ਚੱਪੜ ਚਿੜੀ ਦੇ ਸਾਹਮਣੇ ਅਸੀਂ ਹੱਥ ਸਾਰੇ ਮਿਲਾ ਰਹੇ ਹਾਂ, ਉਹ ਇੰਨਾ ਕੁ ਪਾਵਰਫੁਲ ਸੀਨ ਸੀਗਾ ਨਾ, ਮਤਲਬ ਅਚਾਨਕ ਹੀ ਇੱਕਦਮ ਤੋਂ ਤੂਫਾਨ ਆ ਗਿਆ, ਹਵਾ ਚੱਲਣ ਲੱਗ ਗਈ। ਜੂਨੀਅਰ ਸੀਗੇ ਉਹ ਹੱਸਣ ਲੱਗ ਗਏ, ਕਿਸੇ ਨੇ ਤਾਂ ਕੋਈ ਜੋਕ ਕੀਤਾ, ਅਤੇ ਪ੍ਰੇਮ ਸਰ ਨੇ ਮਾਈਕ 'ਚ ਬੋਲਿਆ ਸੀ ਉਦੋਂ ਕਿ ਇਸ ਵਿਸ਼ੇ ਨੂੰ ਲੈ ਕੇ ਜੇ ਕਿਸੇ ਨੇ ਅੱਜ ਮਜ਼ਾਕ ਕੀਤਾ ਤਾਂ ਇੱਥੇ ਸ਼ੂਟ ਨਹੀਂ ਹੋਊਗਾ। ਕਹਿੰਦੇ ਨਾ ਕੁੜੀਆਂ ਦੀ ਕਿੱਡਾ ਹੌਟ ਬੰਦਾ। 13 ਤਰੀਕ ਨੂੰ ਦੇਖੋ ਫਿਲਮ ਚਿੜੀਆਂ ਦਾ ਚੰਬਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨੀਤ ਕੌਸ਼ਲ। ਅਸੀਂ ਟਰਾਈ ਕਰ ਰਹੇ ਸੀ ਕਿ ਅਸੀਂ ਕੁਛ ਵਧੀਆ ਜੀ ਅਸੀਂ ਨਾ ਟੈਗ ਲਾਈਨਸ ਦੇ ਨਾਲ ਸ਼ੁਰੂਆਤ ਕਰੀਏ, ਬਟ ਇਹ ਤੋਂ ਵਾਹੀਆਤ ਕੁਛ ਮੈਨੂੰ ਮਿਲ ਨਹੀਂ ਰਿਹਾ ਸੀ, ਕਿਉਂਕਿ ਮੈਂ ਹੁਣ ਓਕੇ ਸ਼ੀ ਸੇਮਸ ਲਾਈਕ ਆਈ ਐਮ ਲੁਕਿੰਗ ਹੌਟ ਰਾਈਟ। ਓ ਮਾਈ ਗੋਡ, ਮੈਂ ਨਾਜ਼, ਸ਼ਰਨ, ਨੇਹਾ ਅਤੇ ਡਿੰਪਲ ਬਾਬੂ ਜੀ, ਕੀ ਹਾਲ ਚਾਲ? ਬਹੁਤ ਵਧੀਆ ਨਾ, ਤੁਸੀਂ ਮਾਈਕ ਸ਼ੇਅਰ ਕਰ ਰਹੇ ਹੋ ਦੋਨੋਂ, ਠੀਕ ਹੈ, ਬਹੁਤ ਵਧੀਆ। ਬਾਏ ਦਾ ਵੇ ਕਹਿੰਦੇ ਨਾ, ਜਦ ਇਸ ਫਿਲਮ ਦਾ ਖਾਸ ਤੌਰ 'ਤੇ ਜਦ ਮੈਂ ਸੈੱਟ 'ਤੇ ਆਇਆ ਸੀਗਾ, ਉਸ ਟਾਈਮ 'ਤੇ ਮੈਂ ਇਸ ਦੇ ਕੁਛ ਸ਼ਾਰਟਸ ਦੇਖੇ ਜਦੋਂ ਫਿਲਮਾਏ ਜਾ ਰਹੇ ਸੀਗੇ, ਅਮਾਇਰਾ, ਸ਼ਰਨ, ਮਹਿਨਾਜ਼ ਅਤੇ ਨੇਹਾ ਇੱਕ ਗੱਡੀ 'ਚ ਬੈਠੇ ਹੋ, ਜਿਹੜਾ ਟ੍ਰੇਲਰ ਦੇ ਵਿੱਚ ਵੀ ਸਾਰੇ ਸੀਨ ਦੇਖ ਰਹੇ, ਮੈਂ ਉਹ ਵਾਈਬ ਵੇਖੀ ਸੀਗੀ। ਉਹ ਵਾਈਬ ਨੂੰ ਮੈਨੂੰ ਲੱਗਦਾ ਨਹੀਂ, ਮੈਨੂੰ ਪਤਾ ਨਹੀਂ ਸੀ ਕਿ ਉਹ ਵਾਈਬ ਟ੍ਰੇਲਰ ਤੱਕ ਟ੍ਰਾਂਸਫਰ ਹੋਏਗੀ ਜਾਂ ਨਹੀਂ, ਬਟ ਉਹ ਹੋ ਗਈ। ਤੁਹਾਨੂੰ ਸਾਰਿਆਂ ਨੂੰ ਉਸਦੇ ਲਈ ਬਹੁਤ ਬਹੁਤ ਵਧਾਈ ਸਭ ਤੋਂ ਪਹਿਲਾਂ। ਐਂਡ ਲਾਈਕ ਜਸਟ ਟੈਲ ਮੀ ਕਿ ਵਾਟ ਇਜ਼ ਦ ਬੈਸਟ ਕੰਪਲੀਮੈਂਟ ਹੁਣ ਤੱਕ ਤੁਹਾਨੂੰ ਆਪਣੇ ਟ੍ਰੇਲਰਸ ਲਈ ਮਿਲਿਆ? ਮੈਂ ਨਾ ਸ਼ੁਰੂ ਕਰਦੇ ਤੁਹਾਡੇ ਤੋਂ। ਮੈਨੂੰ ਸਾਰੇ ਇਹੀ ਕਹਿ ਰਹੇ ਕਿ ਤੁਹਾਡੀ ਡੈਬਿਊ ਫਿਲਮ ਹੈ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਬਟ ਆਈ ਥਿੰਕ ਉਹਦਾ ਕ੍ਰੈਡਿਟ ਮੈਨੂੰ ਨਹੀਂ ਜਾਂਦਾ, ਇਟ ਗੋਜ਼ ਟੂ ਪ੍ਰੇਮ ਸਰ, ਬਿਕੋਜ਼ ਜਿੰਨਾ ਕਾਮਲੀ ਉਹ ਕੰਮ ਕਰਾਉਂਦੇ ਆ ਅਤੇ ਜਿੰਨਾ ਉਹਨਾਂ ਨੇ ਬਿਲੀਫ ਦਿਖਾਇਆ ਇੱਕ ਨਵੀਂ ਕੁੜੀ 'ਤੇ, ਜਨਰਲੀ ਕੋਈ ਨਹੀਂ ਕਰਦਾ। ਮੈਨੂੰ ਕਿ ਯੈਸ, ਬਹੁਤ ਵਧੀਆ ਅਤੇ ਡਿਫਰੈਂਟ ਕੰਟੈਂਟ ਚੂਜ਼ ਕੀਤਾ, ਤੇ ਆਈ ਥਿੰਕ ਮੈਨੂੰ ਇਹੀ ਚਾਹੀਦਾ, ਨਵਾਂ ਕੁਛ ਲੈ ਕੇ ਆਓ ਯਾਰ, ਨਵਾਂ। ਹੁਣ ਚਿੜੀਆਂ ਦੇ ਚੰਬੇ ਤੋਂ ਬਾਅਦ ਫਿਰ ਆਪਣੇ ਆਪ ਪਤਾ ਚੱਲ ਜਾਣਾ ਇਹਦੇ ਵਿੱਚ ਅਸੀਂ ਕੀ ਨਵਾਂ ਕੀਤਾ। ਯੂ ਕਾਂਟ ਇਵਨ ਐਕਸਪੈਕਟ। ਬਿਲਕੁਲ ਬਿਲਕੁਲ, ਐਗਜੈਕਟਲੀ, ਜਿਹੜਾ ਟ੍ਰੇਲਰ ਦੇ ਵਿੱਚ ਹੈ ਅਤੇ ਨਾਲ ਨਾਲ ਗੀਤਾਂ ਦੇ ਵਿੱਚ ਜਿਹੜੀ ਫੀਲਿੰਗ ਆ ਰਹੀ ਹੈ ਆਲਰੇਡੀ, ਹੈ ਨਾ ਨੇਹਾ? ਮੈਨੂੰ ਤਾਂ ਕੰਪਲੀਮੈਂਟ ਮੇਰੇ ਡਾਇਲੋਗ ਲਈ ਮਿਲਿਆ ਸੀ, ਕੁਝ ਲੜਾਈਆਂ ਵਿਉਂਤਬੰਦੀ ਨਾਲ ਨਹੀਂ, ਜਜ਼ਬੇ ਨਾਲ ਲੜੀਆਂ ਜਾਂਦੀਆਂ ਨੇ। ਲੋਕਾਂ ਨੂੰ ਬਹੁਤ ਪਸੰਦ ਆਇਆ ਮੇਰਾ ਡਾਇਲੋਗ, ਉਹ ਕਹਿੰਦੇ ਤੁਸੀਂ ਬਹੁਤ ਵਧੀਆ ਬੋਲਿਆ। ਮੈਂ ਕਿ ਯਾਰ ਉਹ ਇਮੋਸ਼ਨਸ ਨੇ, ਅਤੇ ਟ੍ਰੇਲਰ ਦਾ ਰਿਵਿਊ ਬਹੁਤ ਸੋਹਣਾ ਮਿਲਿਆ ਐਕਚੁਅਲੀ। ਬਿਲਕੁਲ, ਅਤੇ ਡਿੰਪਲ ਜੀ, ਲਾਈਕ ਸ਼ੁਰੂਆਤ ਕਰ ਰਹੇ ਹੋ ਤੁਸੀਂ, ਹੈ ਨਾ, ਲਾਈਕ ਤੁਹਾਡਾ ਪ੍ਰੋਡਕਸ਼ਨ ਹਾਊਸ ਕਹਿੰਦੇ ਨਾ ਕਿ ਇਸ ਫਿਲਮ ਤੋਂ ਖੁੱਲ੍ਹ ਰਿਹਾ ਇੱਕ ਵਿਮੈਨ ਓਰੀਐਂਟਿਡ ਫਿਲਮ, ਤਾਂ ਤੁਹਾਨੂੰ ਕਿਹੋ ਜਿਹੀ ਕੰਪਲੀਮੈਂਟ ਆਇਆ, ਲਾਈਕ ਜਿਹੜਾ ਕੰਪਲੀਮੈਂਟ ਤੁਹਾਡੇ ਦਿਲ 'ਚ ਬਹਿ ਗਿਆ ਕਿ ਹਾਂ ਯਾਰ ਮਜ਼ਾ ਆ ਗਿਆ ਕਿ ਮੈਂ ਕੰਮ ਕੀਤਾ ਇਹ ਵਾਲਾ? ਕੰਪਲੀਮੈਂਟ ਬਹੁਤ ਅੱਛੇ ਆ ਰਹੇ ਨੇ, ਰਿਵਿਊਜ਼ ਬਹੁਤ ਅੱਛੇ ਆ ਰਹੇ ਨੇ, ਤੁਸੀਂ ਵੀ ਟ੍ਰੇਲਰ ਦੇਖਿਆ, ਟੀਜ਼ਰ ਦੇਖਿਆ, ਸਾਰਿਆਂ ਨੇ ਬਹੁਤ ਪਸੰਦ ਕੀਤਾ। ਤੁਹਾਨੂੰ ਡਰ ਲੱਗਿਆ ਟ੍ਰੇਲਰ ਦੇਖ ਕੇ ਕੁੜੀਆਂ ਦਾ ਇਹ ਰੂਪ ਵੀ, ਕੁੜੀਆਂ ਦਾ ਇਹ ਰੂਪ ਵੀ ਦੇਖਣ ਨੂੰ ਮਿਲ ਸਕਦਾ? ਬਿਲਕੁਲ। ਤਾਂ ਜੋ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ, ਮੈਂ ਬਾਕੀ ਸਾਰਿਆਂ ਨੂੰ ਵੀ ਇਹ ਕਿਹਾ ਕਿ ਟ੍ਰੇਲਰ ਸਾਡੀ ਮੂਵੀ ਦਾ 1% ਆ, 99% ਮੂਵੀ ਸਾਡੀ ਇਸ ਤੋਂ ਵੀ ਜ਼ਿਆਦਾ ਘੈਂਟ ਹੈ। ਤੁਹਾਨੂੰ ਹਰ ਸੀਨ ਦੇ ਵਿੱਚ ਮਜ਼ਾ ਆਉਣ ਵਾਲਾ, ਔਰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਵੇਸਟ ਹੋਇਆ ਟਾਈਮ, ਤੁਹਾਨੂੰ ਤੁਸੀਂ ਇੱਕ ਵਾਰੀ ਨਹੀਂ ਦੋ ਵਾਰੀ ਜਾਓਗੇ, ਮੇਰਾ ਡੈਡ ਸ਼ੋਰ ਹੈ। ਕੀ ਬਾਤ ਹੈ! ਵੈਸੇ ਨਾ ਲਾਈਕ ਜਿਹੜਾ ਮਜ਼ੇਦਾਰ ਚੀਜ਼ ਜਿਹੜੀ ਲੱਗੀ ਹੈ ਇਸ ਫਿਲਮ ਦੇ ਵਿੱਚ, ਉਹ ਇਹ ਹੈ ਕਿ ਐਕਸ਼ਨ ਹੋ ਰਿਹਾ ਹੈ,
है ना तो ना मैंने जी गल पता लगी सी कि 26-26 घंटे लगातार भी शूट होया है ना मैं ख्याल जिदन मैं आया सी सेट से है ना उस दिन मैं 26 घंटे तुम शूट करके आए सी जस्ट टेल मी कि वो कहो जहा सी ना मेकअप है ना कुछ है बिना मेकअप तो लाइक मतलब असी देखो किन्ने सोहने सोहने असी तो सानू मैनू कहना चाहिए मौका दिता नहीं ने लाइक असी सोहने सोहने जाते सी अगर सेट से तो अगर माड़ा भी हल्का जहा मतलब सोहने लग गए ना जिस दिन उस दिन प्रेम जी कहते सी चको मिट्टी पाओ इन्हों के पूरे बाल खिलार देंदे होंगे सी सो ओही खूबसूरती है एक्चुअली हर किरदार की क्योंकि मैनू लगता है अजकल लोग रियलिटी नाल ज़्यादा कनैक्ट करते हैं अगर मैं कोई फिल्म देखूंगी अगर मैं अपने वर्गा वो किरदार नज़र आएगा तो वो नाल मैं ज़्यादा कनैक्ट कर पाऊंगी क्या बात है वैसे शरण का तो काम ही आई है शरण ही डरा दी है सारे ने ते... छब्बी घंटे पता जो एक बार नहीं साढ़े का दो तीन बार असं इधर शूट किया है पर गल सब तो बेस्ट पॉइंट पता की सी बेचारे कारपोरेट वाले भी नहीं इन्हों ओवर टाइम भी नहीं मिलता प्रोड्यूसर साहब कहते ओवर टाइम की गल ना करो इन्होंने होर मंग लेने जे नहीं पता की होंगे जो एक्चुअली तुसी अपने पसंद का किरदार करते हो और कंटेंट करते हो ना भावे 26 घंटे हो भावे 36 घंटे हो मतलब सच्ची वो जो ड्यूरेशन सी ना टाइम की सानू नहीं पता चलती सी जिदा फॉर एग्जाम्पल होर अपना काम किया पहला भी जो 8 घंटे भी हो जाते तो सानू ये डर रहा कि साड़ी नींद पूरी होनी चाहिए है अगले दिन उठना है फेस साडा डल लगेगा ये लगेगा एज अ एक्टर बढ़िया सारिया चीज़ों सानू वो देखना पैंदा बट इस मूवी का प्लस पॉइंट ये पहली गल तो ज जो एक्चुअली रियल सीगा मतलब उस उही सानू दिखना सीगा ते तीसरी गल ये कि कंटेंट इन्ना ज़्यादा असी डीप चले गए सी ना इसलिए सानू फील ही नहीं सी हुंदा कि असी 26 घंटे काम कर रहे हैं बिल्कुल बिल्कुल एक्साइटमेंट भावें रात दे 3 बजे एक सीन सीगा राती 3 बजे का टाइम होगा असी शूट कर रहे सी एक संजू सोलंकी जी दे नाल डिग्गी च सीगे उन्हां नू बंद कीता ते ना 3 बज रहे आ असी बैठे चाह पी रहे प्रेम जी मैं असी सारे आर्टिस्ट असी ना मतलब इन्नी एनर्जी असी जोर जोर दी हस रहे रात 3 बजे मतलब इन्ना हस रहे डिग्गी च असी भुल गए कि संजू जी डिग्गी दे अंदर बैठे हो बाहर नौकरी चा मैनू ते कढ लो फिर तुसी गल्ला कर लो लाइक इन्ना ज्यादा खो जांदे सी असी अपने बट बहुत बहुत मजा आया सारयां दे शेड्यूल बारे मैं एक गल कहना चाहूंगी कि साडी सारी स्टार कास्ट दा जिहड़ा शेड्यूल सीगा बहुत घट दिनां दा सीगा बट सारयां ने इन्ना सपोर्ट कीता ओह शेड्यूल डबल गया क्या बात है भाभी जी ने स्मार्ट गेम खेली 26-26 घंटे करा के वो जो है ना 40 दिन का होना सी 30 दिन च करा के मैं तेन 30 दिन की पेमेंट ही दे सकती हूँ नहीं एक्चुअली सानू सारे ने बहुत सपोर्ट किया और प्रेम भाजी ने दे विच जो काम किया उन्होंने अपना 200% इस मूवी नू दिता और कल्ली साडी स्टार कास्ट नहीं जागी साडी सारे जिन्ने भी सपोर्ट वाले बच्चे सीगे जिन्ने भी मतलब कि इवन कि प्रेम भाजी की तबीयत भी खराब सी इहदे विच बट उन्होंने अपना फिर भी मूवी नू अपनी सेहत नू साइड ते रख के मूवी नू 100% दिता उन्होंने देखो मेरी गल एकदम कवर करते कहिंदे तां सच बोल गया आई नहीं पर मन ये गल सच्ची है वी आर ब्लेस्ड कि असी इस प्रोडक्शन हाउस दा हिस्सा इस करके मैं कह रही हां मैं सच्ची कहनी हाँ एक कुड़ी नू सांभना औखा होंदा इत्थे चार भी नहीं 5 आर्टिस्ट ने फीमेल आर्टिस्ट ने और साडे प्रोडक्शन हाउस ने अभय सिंह मुट्टी जी ने और डिंपल जी ने खरोड़ फिल्म प्रोडक्शन मैं एक्चुअली च कह रही हाँ सच्ची एज अ आर्टिस्ट उन्होंने सानू फुल्ला वांगू रखा किसी भी चीज की 1% भी सानू कमी नहीं आंदी बिल्कुल सारी एक्ट्रेसेस सीखो इसे तरह तारीफ करी दी है ताई तुहानू अगली फिल्म नाल दी नाल साइन हो जांदी है गाइस यू नो कि मैं कभी एवें झूठी तारीफ नहीं करदी जो बोलदी है सच बोलदी है एक्चुअली च उन्होंने तुहाडा पता उन्होंने मेरा भी पता कि मैं तां बोलना ही है सब तो बड़ी गल है सॉरी टू इंटरप्ट यू उन्होंने डेब्यूटेंट दा भी बहुत अच्छा ध्यान रखे मतलब मैं तो नवी है इस इंडस्ट्री में शी वाज जस्ट लाइक ओह माय गॉड वेयर आई एम वैसे सही गल है मैं ना आंदे ने मैं पूछया मैं क्या महनाज उम्र कितनी है तुहाडी जरे ने मैंने उम्र सी मैं क्या लगदी नहीं भाई क्योंकि जद जद महनाज बोलदी है चाहे मैं उन्होंने सेट ते देखया द एटीट्यूड यू कैरी ते जिहड़ा आपां ट्रेलर च भी देखदे हैं ना क्योंकि ट्रेलर दा काफ़ी मेजर पार्ट तुहानू मिले दैट्स अ अमेजिंग थिंग और प्रोड्यूसर नूं मैं कहूँगा कि उन्हां दी बहुत चंगी कोशिश आ कि एक विमेन ओरिएंटेड फिल्म दे विच जे लैके आना पहला रिस्क दैन डेब्यूटेंट लोकां नूं नाल लैके आ के उन्ना सपोर्ट देना दैट्स एन अमेजिंग मैं कहिंदा कि
ਆਪਣੇ ਆਪ ਇੱਕ ਬਹੁਤ ਵੱਡਾ ਸਟੈਪ ਬਣ ਗਿਆ ਇਨੀ ਡੇਰਿੰਗ ਐਫਰਟ ਕੋਈ ਨਹੀਂ ਕਰਦਾ ਜਨਰਲੀ ਹਾਂ ਬਿਲਕੁਲ 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 ਤਾਂ ਹੀ ਤੁਸੀਂ 26 ਘੰਟੇ ਕੰਮ ਕੀਤਾ ਨਹੀਂ ਬਟ ਮੈਨੂੰ ਤਾਂ ਮਜ਼ਾ ਆਇਆ ਬਿਲਕੁਲ ਬਿਲਕੁਲ ਮੈਂ ਤਾਂ ਬਹੁਤ ਸਾਲਾਂ ਤੋਂ ਤੜਫ ਰਹੀ ਸੀ ਕਿ ਮੈਨੂੰ ਇਹਨਾਂ ਦਾ ਟਾਈਟ ਸਕੇਡਿਊਲ ਮਿਲੇ ਇੰਟਰਵਿਊਜ਼ ਫਿਲਮ ਕਾਲਜ ਸਭ ਕੁਝ ਜਿਵੇਂ ਹੁਣ ਮਿਕਸ ਸੀਗਾ ਮੈਨੂੰ ਬਹੁਤ ਮਜ਼ਾ ਆਉਂਦਾ ਮੈਂ ਬਿਜ਼ੀ ਰਹਿ ਕੇ ਤੇ ਮੈਂ ਸਾਰਿਆਂ ਨੂੰ ਗੱਲ ਕਵਾਂਗਾ ਕਿ ਇਹਨਾਂ ਇਸ ਫਿਲਮ ਦਾ ਨਾ ਰੱਬ ਨੇ ਬੜਾ ਸਾਥ ਦਿੱਤਾ ਆ ਜਿਸ ਜਿਹੜਾ ਉਹ ਜਿਹਦੇ ਵਿੱਚ ਕੁੜੀਆਂ ਗੱਡੀ 'ਚੋਂ ਉਤਰ ਕੇ ਆਉਂਦੀਆਂ ਨੇ ਉਸ ਦਿਨ ਉਹ ਜੈਸਾ ਇਹਨਾਂ ਨੂੰ ਮੌਸਮ ਚਾਹੀਦਾ ਸੀ ਬੱਦਲ ਉਸ ਦਿਨ ਉਸੇ ਬਣੇ ਕਿਉਂਕਿ ਮੈਂ ਸੈੱਟ 'ਤੇ ਮੌਜੂਦ ਸੀਗਾ ਡਾਇਰੈਕਟਰ ਸਾਹਿਬ ਨੇ ਕਿਹਾ ਓ ਮਾਈ ਗੋਡ ਮੈਨੂੰ ਤਾਂ ਐਕਚੁਅਲੀ ਬੱਦਲ ਮੈਂ ਸੋਚਿਆ ਸੀ ਮੈਨੂੰ ਸੀਜੀ ਨਾ ਕਰਾਉਣੇ ਪੈਣ ਲੇਕਿਨ ਇਹ ਤਾਂ ਲਾਈਕ ਨੈਚੁਰਲ ਮਿਲੇ ਹੈ ਨਾ ਮੈਨੂੰ ਦੱਸੋ ਕੀ ਮਿਰੈਕਲਸ ਹੋਏ ਤੁਹਾਡੇ ਨਾਲ ਇਸ ਸੈੱਟ ਦੇ ਉੱਤੇ ਇੱਕ ਸੀਨ ਸ਼ੂਟ ਕਰ ਰਹੇ ਸੀ ਮੈਂ ਜ਼ਿਆਦਾ ਨਹੀਂ ਉਸ ਸੀਨ ਬਾਰੇ ਰਿਵੀਲ ਕਰ ਸਕਦੀ ਸ਼ਾਇਦ ਛੋਟਾ ਜਿਹਾ ਸ਼ਾਰਟ ਇੱਕ ਟ੍ਰੇਲਰ 'ਚ ਆਇਆ ਜਿੱਥੇ ਅਸੀਂ ਹਾਂ ਚੱਪੜ ਚਿੜੀ ਦੇ ਸਾਹਮਣੇ ਅਸੀਂ ਹੱਥ ਸਾਰੇ ਮਿਲਾ ਰਹੇ ਹਾਂ ਉਹ ਇੰਨਾ ਕੁ ਪਾਵਰਫੁਲ ਸੀਨ ਸੀਗਾ ਨਾ ਮਤਲਬ ਅਚਾਨਕ ਹੀ ਇੱਕਦਮ ਤੋਂ ਤੂਫਾਨ ਆ ਗਿਆ ਹਵਾ ਚੱਲਣ ਲੱਗ ਗਈ ਔਰ ਮਤਲਬ ਮਿੱਟੀ ਉੜਨ ਲੱਗ ਗਈ ਲਾਸਟ ਡੇ ਆਫ ਸ਼ੂਟ ਨਹੀਂ ਸੀਗਾ ਮੇਰੇ ਖਿਆਲ ਨਾਲ ਲਾਸਟ ਹਾਂ ਲਾਸਟ ਡੇ ਸੀਗਾ ਅਤੇ ਮਤਲਬ ਅਸੀਂ ਲੋਕਾਂ ਦੇ ਉਹ ਜੋ ਫੀਲਿੰਗ ਸੀ ਨਾ ਉਹ ਸਾਡੀ ਸੱਚੀ ਗੂਸਬੰਪਸ ਆ ਗਏ ਸੀ ਇੱਦਾਂ ਲੱਗ ਰਿਹਾ ਸੀ ਜਿੱਦਾਂ ਨਾ ਪਰਮਾਤਮਾ ਖੁਦ ਉੱਤਰ ਆਏ ਆ ਥੱਲੇ ਇੰਨੀ ਪਾਵਰ ਸੀ ਇੰਨੀ ਸਟਰੈਂਥ ਸੀ ਨਾ ਹਰ ਬੰਦੇ ਜਿੱਦਾਂ ਮੈਂ ਸ਼ਰਨ ਦੇ ਵੱਲ ਦੇਖ ਰਹੀ ਸੀ ਸ਼ਰਨ ਮੇਰੇ ਵੱਲ ਸਾਡੀ ਜੋ ਸਾਰਿਆਂ ਨੇ ਆਪਣੀ ਵਾਈਬਸ ਜੋ ਸੀ ਨੇ ਉਹ ਕਨੈਕਟ ਹੋ ਰਹੀ ਸੀ ਤਾਂ ਉਹ ਨੈਚੁਰਲੀ ਸਾਡੇ ਮਤਲਬ ਨਾ ਆਈਸ ਰੋਣਾ ਆ ਰਿਹਾ ਸੀਗਾ ਉਹ ਚੀਜ਼ ਮਤਲਬ ਕਰੰਟ ਜਿਹਾ ਲੱਗ ਰਿਹਾ ਸੀ ਸੋ ਬਹੁਤ ਵਧੀਆ ਐਕਸਪੀਰੀਅੰਸ ਸੀ ਉਸ ਸੀਨ ਦਾ ਬਿਲਕੁਲ ਬਿਲਕੁਲ ਐਕਚੁਅਲੀ ਇਸ ਚਿੜੀਆਂ ਚੰਬਾ ਇਸ ਲਈ ਵੀ ਲੱਕੀ ਹੈ ਕਿਉਂਕਿ ਇਹਨੇ ਆਪਣੀਆਂ ਕੁੜੀਆਂ ਨੂੰ ਆਪਣੀਆਂ ਚਿੜੀਆਂ ਨੂੰ ਖੁਦ ਚੁਣਿਆ ਸਕ੍ਰਿਪਟ ਨੇ ਕਰੈਕਟਰ ਚੁਣੇ ਨੇ ਅੱਛਾ ਸਕ੍ਰਿਪਟ ਤੇ ਮੇਰੀ ਸਟਾਰਕਾਸਟ ਦੋਨੋਂ ਹੀ ਲੱਕੀ ਨੇ ਔਰ ਮੈਂ ਲੱਕੀ ਹਾਂ ਕਿ ਮੈਂ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਕੀ ਬਾਤ ਹੈ ਤੇ ਭਾਬੀ ਜੀ ਨੇ ਇੱਕ ਹੋਰ ਪਾਸੋਂ ਪੈਸੇ ਬਚਾਏ ਮੈਂ ਦੱਸਦਾ ਕਿੱਥੋਂ ਕਹਿੰਦੇ ਫਿਲਮ ਦੀ ਕਹਾਣੀ ਇਹਨਾਂ ਨੇ ਕਿਉਂ ਚੁਣੀ ਮੈਂ ਤੁਹਾਨੂੰ ਦੱਸਦਾ ਕਹਿੰਦੇ ਕੋਸਟਿਊਮਸ ਦਾ ਤਾਂ ਖਰਚਾ ਹੀ ਨਹੀਂ ਹੈਗਾ ਕਿਤੇ ਨਾ ਵੈਸੇ ਕੋਸਟਿਊਮ ਦਾ ਬੜਾ ਖਰਚਾ ਆਉਂਦਾ ਹੈ ਨਾ ਬਚ ਗਿਆ ਬਸ ਮੇਕਅਪ ਦਾ ਖਰਚਾ ਵੀ ਨਹੀਂ ਹੈਗਾ ਤੁਸੀਂ ਕਹਿੰਦੇ ਕੱਪੜੇ ਨਾ ਪਾ ਕਿ ਮੇਕਅਪ ਦਾ ਵੀ ਖਰਚਾ ਨਹੀਂ ਹੈਗਾ ਹੈ ਨਾ ਕਿਉਂਕਿ ਇਹਨਾਂ ਦੇ ਨੈਚੁਰਲ ਮੇਕਅਪ ਹੀ ਲੱਗਿਆ ਇਹਨਾਂ ਦਾ ਮੇਕਅਪ ਤਾਂ ਕਿੱਦਾਂ ਹੁੰਦਾ ਸੀਗਾ ਇਹ ਐਕਚੁਅਲੀ ਇੱਕ ਦਿਨ ਅਸੀਂ ਸ਼ੂਟ ਕਰ ਰਹੇ ਸੀ ਇੱਥੇ ਸੀਗੇ ਕਸੌਲੀ ਸੀਗੇ ਅਸੀਂ ਤੇ ਨਾ ਸਾਡੀ ਟੀਮ ਦੇ ਕੋਈ ਵੀਡੀਓ ਕਾਲ ਤੇ ਸੀਗੇ ਤੇ ਮੈਂ ਡਿੰਪਲ ਜੀ ਨਾਲ ਕਾਲ ਵੀਡੀਓ ਕਾਲ ਕਰ ਰਹੇ ਤੇ ਗੁਰਕੀ ਕਹਿੰਦਾ ਕਿ ਕੀ ਕਰ ਰਹੇ ਨੇ ਤੇ ਉਹਨੇ ਮੈਨੂੰ ਵੀਡੀਓ ਕਾਲ 'ਚ ਮੈਮ ਨੂੰ ਦਿਖਾਇਆ ਮੈਂ ਥੱਲੋਂ ਮਿੱਟੀ ਚੱਕ ਕੇ ਨਾ ਇੱਦਾਂ ਇੱਦਾਂ ਲਾ ਰਹੀ ਸੀਗੀ ਕਹਿੰਦੇ ਆ ਕੀ ਹੋ ਰਿਹਾ ਮੈਂ ਕਿਹਾ ਮੈਂ ਸੀਨ ਤੇ ਚੱਲੀ ਆ ਕੀ ਕਾਲ ਕਰਦੀ ਹੁਣ ਤੁਸੀਂ ਸਮਝ ਰਹੇ ਹੋ ਕਿ ਆਖਿਰਕਾਰ ਕਿਵੇਂ ਬਚਾਉਂਦੇ ਨੇ ਪ੍ਰੋਡਿਊਸਰ ਪੈਸਾ ਕੈਰੈਕਟਰ ਹੀ ਐਸਾ ਲਿਖ ਦੋ ਤੇ ਤੁਹਾਨੂੰ ਕਿਹਸਾ ਲੱਗਿਆ ਮੂੰਹ ਤੇ ਮਿੱਟੀ ਮਲ ਕੇ ਇਹਦੇ ਮਿੱਟੀ ਨਹੀਂ ਸੀ ਇਹਦੇ ਤਾਂ ਸੱਟਾ ਸੀ ਇਹ ਤਾਂ ਸੱਟਾ ਤੇ ਮੈਂ ਕਹਿੰਦਾ ਇਹ ਤਾਂ ਇਹ ਮੈਨੂੰ ਲੱਗਦਾ ਪੂਰੀ ਕਾਸਟ ਨੇ ਇਹਨੂੰ ਐ ਲੰਮਾ ਪਾ ਕੇ ਇਹਨੂੰ ਐ ਮਿੱਟੀ 'ਚ ਕੀਤਾ ਹੋਇਆ ਸੀਗਾ ਹੈ ਨਾ ਤੇ ਟੈਲ ਮੀ ਤੁਹਾਡਾ ਤਾਂ ਸੱਟਾ ਬਹੁਤ ਲੱਗਿਆ ਨੇ ਹੈ ਨਾ ਛਾਲਾ ਹੀ ਸਭ ਤੋਂ ਵੱਧ ਤੁਸੀਂ ਮਾਰੀਆਂ ਨੇ ਹਾਂ ਸਰ ਇੱਕ ਸੀਨ 'ਚ ਤਾਂ ਸੱਚੀ ਸੱਟ ਲੱਗ ਗਈ ਸੀ ਉਹ ਇਦਾਂ ਡੋਮੈਸਟਿਕ ਵਾਇਲੈਂਸ ਦਿਖਾਈ ਸੀਗੀ ਉਹ ਜੋ ਮੇਰੀ ਸਟੋਰੀ ਆ ਉਸ ਪਾਰਟ 'ਚ ਉਦੋਂ ਨੇਹਾ ਅਤੇ ਸ਼ਰਨ ਨਹੀਂ ਸੀ ਅਤੇ ਉਹਦੇ 'ਚ ਇੱਦਾਂ ਦਿਖਾਉਣਾ ਸੀ ਉਹ ਟ੍ਰੇਲਰ 'ਚ ਵੀ ਹੈਗਾ ਸ਼ੋਟ ਕਿ ਇੱਦਾਂ ਕਿੱਕ ਮਾਰਦਾ ਕੋਈ ਮੇਰੇ ਫੇਸ ਨੂੰ ਮੈਂ ਥੱਲੇ ਪਈ ਹੁੰਦੀ ਹਾਂ ਅਤੇ ਮੇਰਾ ਮੂੰਹ ਉੱਧਰ ਨੂੰ ਹੁੰਦਾ ਸੱਚੀ ਮੇਰੇ 'ਤੇ ਕਿੱਕ ਲੱਗ ਗਈ ਅਗਲੇ ਦਿਨ ਮੇਰਾ ਬੋਲ ਇੰਨਾ ਸੋਝ ਕੇ ਬਹੁਤ ਸਾਰਿਆਂ ਦਾ ਆਈ ਥਿੰਕ ਲੱਗੇ ਹੋਊ ਬਟ ਫਿਰ ਵੀ ਮੈਨੂੰ ਮਜ਼ਾ ਆਇਆ ਕਿਉਂਕਿ ਜਦੋਂ ਤੱਕ ਇਹੋ ਜਿਹੀ ਚੀਜ਼ਾਂ ਨਾ ਹੋਣ ਕੁਝ ਡਿਫੀਕਲਟੀਜ਼ ਨਾ ਆਉਣ ਚੈਲੇਂਜਸ ਨਾ ਆਉਣ ਤਾਂ ਫਿਰ ਕੀ ਫਾਇਦਾ ਐਗਜੈਕਟਲੀ ਔਰ ਉਹ ਚੈਲੇਂਜ ਦੇ ਨਾਲ ਨਾਲ ਨਾ ਜਦ ਕੰਟੈਂਟ ਦੇ ਵਿੱਚ ਦਮ ਹੁੰਦਾ ਹੈ ਤਾਂ ਉਹ ਨਿਕਲ ਕੇ ਆਉਂਦਾ ਵੀ ਹੈ ਉਸ ਤਰ੍ਹਾਂ ਤਰੀਕੇ ਨਾਲ ਜਦ ਤੁਸੀਂ ਦਿਲ ਨਾਲ ਉਹ ਕੰਮ ਕੀਤਾ ਹੋਵੇ ਬਟ ਓਵਰਆਲ ਜਦ ਆਪਾਂ ਇਸ ਟਾਈਪ ਦੀ ਚੀਜ਼ਾਂ ਦੇਖਦੇ ਹਾਂ ਡਿੰਪਲ ਜੀ ਮੈਂ ਨਾ ਅਭੀ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਨਾ ਇਹ ਕਿਤੇ ਨਾ ਕਿਤੇ ਰਿਸਕ ਬਹੁਤ ਵੱਡਾ ਹੈਗਾ ਕਿ ਇਸ ਤਰ੍ਹਾਂ ਦੀ ਫਿਲਮ ਲੈ ਕੇ ਆਉਣਾ ਔਰ ਸਾਰੇ ਕੁਛ ਲੋਕ ਡੈਬਿਊ ਵੀ ਕਰ ਰਹੇ ਨੇ ਬਟ ਕਹਿੰਦੇ ਕਹਿੰਦੇ ਜਦ ਕਈ ਵਾਰੀ ਜਦ ਕੰਟੈਂਟ 'ਤੇ ਭਰੋਸਾ ਹੁੰਦਾ ਬੰਦਾ ਇਹ ਕਰ ਲੈਂਦਾ ਲੇਕਿਨ ਤੁਹਾਡੇ ਅੰਦਰ ਕਿਹੜੀ ਚੀਜ਼ ਸੀਗੀ ਜਿਹਨੇ ਡਰਾਈਵ ਕੀਤਾ ਨਹੀਂ ਯਾਰ ਕਿ ਇਹ ਫਿਲਮ ਕਰ ਲੈਣੀ ਚਾਹੀਦੀ ਹੈ ਇਹ ਤੋਂ ਮੈਂ ਸ਼ੁਰੂਆਤ ਕਰ ਲੈਂਦੀ ਹਾਂ ਜਦੋਂ ਪ੍ਰੇਮ ਭਾਅ ਜੀ ਮੈਨੂੰ ਪਹਿਲੀ ਵਾਰ ਆ ਕੇ ਮਿਲੇ ਸੀਗੇ ਅਤੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਸਟੋਰੀ ਕੋਈ ਹੋਰ ਸੀਗੀ ਬਟ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਅ ਜੀ ਕੀ ਤੁਹਾਡੇ ਕੋਲ ਕੁੜੀਆਂ ਲਈ ਕੁਛ ਹੈ ਅੱਛਾ ਕਿ ਮੈਂ ਚਾਹੁੰਦੀ ਹਾਂ ਕਿ ਐਜ਼ ਅ ਵੂਮਨ ਹੋਣ ਦੇ ਨਾਤੇ ਮੈਂ ਕੁੜੀਆਂ ਲਈ ਵੀ ਕੁਛ ਕਰਾਂ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਸਟੋਰੀ ਸੁਣਾਈ ਮੈਂ ਉਹਨਾਂ ਦੀ ਦੂਸਰੀ ਸਟੋਰੀ ਨਹੀਂ ਸੁਣੀ ਉਸ ਤੋਂ ਬਾਅਦ ਮੈਂ ਕੋਈ ਹੋਰ ਕੰਟੈਂਟ ਹੀ ਨਹੀਂ ਸੁਣਿਆ ਕਿਉਂਕਿ ਮੇਰਾ ਫੋਕਸ ਹੁੰਦਾ ਕਿ ਮੈਂ ਇੱਕ ਚਾਹੇ ਇੱਕ ਮੂਵੀ ਲੈ ਕੇ ਆਵਾਂ ਬਟ ਉਹ ਇਹੋ ਜਿਹੀ ਲੈ ਕੇ ਆਵਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ ਅਤੇ ਹੋਰ ਇਸ ਸਟੋਰੀ ਦੇ ਉੱਤੇ ਮੈਨੂੰ ਪਹਿਲੇ ਦਿਨੋਂ ਫਸਟ ਡੇ ਤੋਂ ਹਜੇ ਸਾਡੀ ਸਟਾਰਕਾਸਟ ਵੀ ਫਾਈਨਲ ਨਹੀਂ ਸੀਗੀ ਮੈਨੂੰ ਉਸ ਦਿਨ ਤੋਂ ਹੀ ਭਰੋਸਾ ਸੀਗਾ ਕਿ ਇਹ ਕੰਟੈਂਟ ਕੁਛ ਨਾ ਕੁਛ ਐਂਡ ਲੈ ਕੇ ਆਓ ਕੀ ਬਾਤ ਹੈ ਇੱਕ ਅਫਵਾਹ ਮੈਂ ਸੁਣੀ ਹੈ ਕਹਿੰਦੇ ਕਿ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਇੱਕ ਦੋ ਦੋ ਮੁੰਡੇ ਐਵੇਂ ਕੁੱਟਤੇ ਫੀਲਿੰਗ 'ਚ ਆ ਕੇ ਨਹੀਂ ਝੂਠ ਬੋਲਦੇ ਆ ਕੋਈ ਨਾ ਡਰੇ ਹੋ ਸਰ ਮੈਂ ਨਾਂ ਲੈ ਦੇਣਾ ਉਹਦਾ
ਫੇਰ ਨਾ ਗਈ ਬੰਗਾਂ ਲਈ ਨਹੀਂ ਨਹੀਂ ਕੁਛ ਨਹੀਂ ਅਸੀਂ ਹੋਰ ਉੱਚੀ ਉਡਾਨ ਭਰਨੀ ਜ਼ਰੂਰ ਜੀ ਮੈਡਮ ਪਰ ਕਿਸੇ ਨੂੰ ਕਮੈਂਟ ਕਰਨਾ ਨਹੀਂ ਸਾਰੀ ਲਾਈਕ ਲਿਖ ਬੜੀ ਬੜੀ ਲੰਬੀ ਲੰਬੀ ਗੱਲਾਂ ਨਾ ਇਹ ਤਾਂ ਕੁੜੀ ਤੋਂ ਸੁਣੋ ਹੈ ਨਾ ਮੈਂ ਸਭ ਤੋਂ ਵੱਡੀ ਉਡਾਨ ਭਰਾਂਗੀ ਇੱਕ ਇੱਕ ਦੋ ਹੋਰ ਲਾਈਨ ਆਣ ਦਿਓ ਖੁਸ਼ੀ ਵੀ ਹੁੰਦੀ ਕਿ ਸ਼ੀ ਇਜ਼ ਸੋ ਯੰਗ ਮੈਨੂੰ ਇਹਦੇ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਬਿਕੋਜ਼ ਮੈਂ ਸਿੱਖਿਆ ਕਾਫੀ ਚੀਜ਼ਾਂ ਤੇ ਮੈਨੂੰ ਕਈ ਵਾਰੀ ਹੁੰਦਾ ਮੈਂ ਆਪਣੇ ਤੇ ਕਿਉਂ ਨਹੀਂ ਇੰਪਲੀਮੈਂਟ ਕਰ ਕਿੰਨੇ ਠੀਕ ਨਹੀਂ ਠੀਕ ਹੈ ਨਾ ਕੁੱਟਿਆ ਵੀ ਹੈ ਮਾਰ ਖਾਧੀ ਵੀ ਹੈ ਤੇ ਮਾਰਿਆ ਵੀ ਬੜਾ ਹੈ ਦੈਟਸ ਓਕੇ ਬਿਲਕੁਲ ਹੋ ਜਿੰਨੇ ਜਿੰਨੇ ਕੁੱਟੇ ਉਹਨਾਂ ਦੇ ਨਾਲ ਲੈਣ ਲੱਗੇ ਤਾਂ ਸ਼ਾਮ ਹੋ ਜਾਣੀ ਹੈ ਇੱਥੇ ਬਟ ਲਾਈਕ ਕਹਿੰਦੇ ਨਾ ਕਿ ਡਿੰਪਲ ਜੀ ਕਹਿੰਦੇ ਕਿ ਖਰੋੜ ਭਾਅ ਜੀ ਉਹਨਾਂ ਜਿੰਨਾ ਦਿਨ ਤੁਸੀਂ ਫਿਲਮ ਸ਼ੂਟ ਕਰਾ ਰਹੇ ਸੀਗੇ ਉਹਨਾਂ ਦਿਨਾਂ 'ਚ ਤੁਹਾਡੇ ਤੋਂ ਬਹੁਤ ਦੂਰ ਰਹਿੰਦੇ ਸੀ ਕਹਿੰਦੇ ਕਿ ਫਿਲਮ ਦੇ ਸੈੱਟ ਤੋਂ ਆਏ ਕਿ ਉੱਥੋਂ ਥੋੜ੍ਹੀ ਜਿਹੀ ਵਾਈਬ ਲੈ ਕੇ ਆ ਗਏ ਦੋ ਚਾਰ ਮੇਰੇ ਨਾਲ ਪੈ ਜਾਣ ਗੱਲ ਮੈਂ ਫੋਨ ਲਾ ਲੈਣਾ ਹੁਣ ਮੈਂ ਫੋਨ ਲਾ ਲੈਣਾ ਕਿਆ ਉਹ ਤਾਂ ਰੈਗੂਲਰ ਹੈ ਮੈਂ ਉਹਨਾਂ ਦਿਨਾਂ 'ਚ ਨਹੀਂ ਕੁੱਟਿਆ ਬਸ ਜਰਨਲਿਜ਼ਮ ਚ ਕਿਹਾ ਜਾਂਦਾ ਜਦ ਕੋਈ ਨੋ ਕਮੈਂਟਸ ਕਹਿ ਦੇਵੇ ਨਾ ਬਸ ਗੱਲ ਉੱਥੇ ਬਣਦੀ ਹੈ ਬਟ ਸੱਚੀ ਇਹ ਚੀਜ਼ ਹੈ ਕਿ ਕਹਿੰਦੇ ਘਰੋਂ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਨਾ ਕਿ ਜਦ ਤੁਸੀਂ ਜਾਂਦੇ ਹੋ ਇੱਕ ਪ੍ਰੋਡਿਊਸਰ ਦਾ ਹੋਣਾ ਸਾਰੀ ਚੀਜ਼ਾਂ ਮੈਨੇਜ ਕਰਨੀਆਂ ਇਹ ਕੁੜੀਆਂ ਨੂੰ ਮੈਨੇਜ ਕਰਨਾ ਕਿੰਨਾ ਕੁ ਔਖਾ ਸੀਗਾ ਮੈਂ ਸੁਣਿਆ ਕਿ ਇਹਨਾਂ ਦਾ ਟੈਂਟਰਮ ਹੈ ਹੀ ਨਹੀਂ ਸੀ ਕੋਈ ਨਹੀਂ ਸਭ ਤੋਂ ਜ਼ਿਆਦਾ ਟੈਂਟਰਮ ਸਾਡੀ ਮੈਟਾਡੋਰ ਦੇ ਸੀ ਜਦੋਂ ਉਹਨੂੰ ਫੋਟੋ ਦੇ ਵਿੱਚ ਵੀ ਦਿਖ ਰਹੀ ਹੈ ਮਾਤਾਡੋਰ ਐਕਚੁਅਲੀ ਇਹ ਸਾਡੀ ਮਾਤਾਡੋਰ ਹੈ ਹਾਂ ਸਭ ਤੋਂ ਜ਼ਿਆਦਾ ਟੈਂਟਰਮ ਇਹਦੇ ਸੀ ਇਹ ਕਿਤੇ ਵੀ ਰੁਕ ਜਾਂਦੀ ਸੀ ਕਿਤੇ ਵੀ ਖਰਾਬ ਹੋ ਜਾਂਦੀ ਸੀ ਔਰ ਕਿਤੇ ਨਾ ਕਿਤੇ ਜੇ ਸਾਡਾ ਸ਼ੈਡਿਊਲ ਵਧਿਆ ਵੀ ਸੀ ਤਾਂ ਇਹ ਮਾਤਾਡੋਰ ਕਰਕੇ ਹੀ ਸੀ ਬਾਕੀ ਸਾਡੀਆਂ ਚਾਰ ਕੁੜੀਆਂ ਬਹੁਤ ਸਪੋਰਟਿਵ ਰਹੀਆਂ ਨੇ ਔਰ ਜੇ ਜ਼ਿਆਦਾ ਡਿਟੇਲ ਦੇ ਵਿੱਚ ਜਾਣਨਾ ਤਾਂ ਮੈਂ ਪਹਿਲਾਂ ਵੀ ਨਾਮ ਲਿੱਤਾ ਸੀ ਗੁਰਕੀਰਤਨ ਸਿੰਘ ਹੈ ਤੁਹਾਨੂੰ ਉਹਨਾਂ ਨਾਲ ਮਿਲਣਾ ਪਊਗਾ ਸ਼ਰਨ ਨਾਲ ਬਹੁਤ ਅੱਛੀ ਬੌਂਡਿੰਗ ਸੀ ਚੋਰ ਚੋਰ ਮਸੇਰੇ ਭਾਈ ਡਿੰਪਲ ਜੀ ਨਾ ਬਿਕੋਜ਼ ਇੱਕ ਸਾਨੂੰ ਇਹ ਫੀਲ ਹੁੰਦਾ ਬਿਕੋਜ਼ ਉਹ ਡੈਬਿਊ ਕਰ ਰਹੀ ਆਪਣੇ ਪੰਜਾਬ 'ਚ ਅਫਕੋਰਸ ਉਹਨੂੰ ਕਿਤੇ ਨਾ ਕਿਤੇ ਪੰਜਾਬੀ ਬੋਲਣ ਦੀ ਪ੍ਰੋਬਲਮ ਸੀਗੀ ਬਟ ਉਹਦੇ ਬਾਵਜੂਦ ਵੀ ਉਹਨੇ ਆਪਣੇ ਕੈਰੈਕਟਰ ਨੂੰ ਸੱਚੀ ਇੰਨਾ ਵਧੀਆ ਕੈਰੀ ਕੀਤਾ ਮੈਂ ਅਸੀਂ ਚਲੋ ਅਸੀਂ ਤਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਅਤੇ ਸਾਨੂੰ ਸੀਗਾ ਪਤਾ ਕਿੱਦਾਂ ਕੰਮ ਕਰਦੇ ਹਾਂ ਸ਼ੀ ਇਜ਼ ਨਿਊ ਉਹਨੇ ਵੀ ਡੇ ਵਨ ਤੋਂ ਲੈ ਕੇ ਲਾਸਟ ਡੇ ਤੱਕ ਪੂਰਾ ਸਪੋਰਟ ਦਿੱਤਾ ਮਤਲਬ ਹਰ ਸੀਨ 'ਚ ਉਹਨੂੰ ਜੇ ਕੁਛ ਸਮਝ ਨਹੀਂ ਵੀ ਆਉਂਦੀ ਸੀ ਫਿਰ ਵੀ ਉਹ ਪੁੱਛਦੀ ਸੀ ਪ੍ਰੇਮ ਜੀ ਤੋਂ ਜਾਂ ਅਸੀਂ ਅਗਰ ਥੋੜ੍ਹਾ ਬਹੁਤ ਕਰ ਸਕਦੇ ਸੀ ਬਟ ਸ਼ੀ ਡਿਡ ਵੈਰੀ ਗੁੱਡ ਐਜ਼ ਅ ਨਿਊ ਕਮਰ ਐਜ਼ ਅ ਨਿਊ ਮਤਲਬ ਪੰਜਾਬ 'ਚ ਕਰਨਾ ਬਿਨਾਂ ਲੈਂਗੁਏਜ ਦੇ ਜਾਂਦੇ ਸੱਚੀ ਉਹਨੇ ਬਹੁਤ ਵਧੀਆ ਕੀਤਾ ਕੀ ਬਾਤ ਅਸਲ 'ਚ ਇਹ ਵੀ ਇਸ ਮੂਵੀ ਦੇ ਹਿੱਟ ਹੋਣ ਦਾ ਕਾਰਨ ਬਣੂਗਾ ਕਿਉਂਕਿ ਇਸ 'ਚ ਚਾਰ ਕੁੜੀਆਂ ਨੇ ਜਦੋਂ ਕੈਮਰੇ ਦੇ ਅੱਗੇ ਨੇ ਤਾਂ ਉਹਨਾਂ ਨੇ ਇੱਕ ਟੀਮ ਵਰਕ ਕੀਤਾ ਕੈਮਰੇ ਦੇ ਬਿਹਾਈਂਡ ਚਾਹੇ ਉਹ ਹੁਣ ਚਾਰ ਭਾਂਡੇ ਜਿੱਥੇ ਹੁੰਦੇ ਨੇ ਖੜਕਦੇ ਹੀ ਨੇ ਔਰ ਇਹ ਮਜ਼ਾ ਵੀ ਕੋਈ ਦੋ ਰਾਏ ਨਹੀਂ ਬਟ ਇਹ ਟੀਮ ਵਰਕ ਵੀ ਹੈ ਬਿਲਕੁਲ ਚਾਹੇ ਉਹ ਸਾਡੇ ਡਾਇਰੈਕਟਰ ਸਾਹਿਬ ਨੇ ਚਾਹੇ ਸਾਡੀ ਟੀਮ ਹੈ ਚਾਹੇ ਸਾਡੇ ਸਪੋਰਟ ਨੇ ਸਾਰਿਆਂ ਨੇ ਇੱਕ ਟੀਮ ਵਰਕ 'ਚ ਕੰਮ ਕੀਤਾ ਨੇਹਾ ਨੂੰ ਇਸ ਟਾਈਮ ਉਹਨਾਂ ਦਾ ਚਿੜਾ ਯਾਦ ਕਰ ਰਿਹਾ ਚਿੱਕਾ ਆ ਰਹੀਆਂ ਨੇ ਚੱਲ ਦੱਸੋ ਦੇ ਬਾਰੇ ਨੇਹਾ ਇਹਨਾਂ ਨੂੰ ਤੁਸੀਂ ਨੈਟਫਲਿਕਸ ਵਗੈਰਾ ਵਗੈਰਾ ਨੂੰ ਅੱਜ ਕੱਲ੍ਹ ਬਹੁਤ ਚਿੜੇ ਯਾਦ ਕਰ ਦਿੰਦੇ ਮੈਨੂੰ ਪਹਿਲਾਂ ਪਤਾ ਲੱਗ ਜਾ ਚਿੜੇ ਦਾ ਨਾਮ ਫਿਰ ਮੈਂ ਦੱਸ ਦ
ਦੂੰਗੀ ਤਾਂ ਹੀ ਤਾਂ ਲਾਈਨ ਲਿਖ ਕੇ ਦਿੱਤੀ ਨਾ ਤੁਹਾਨੂੰ ਜਿਹੜੀ ਆਪਾਂ ਬੋਲਣੀ ਹੈ ਬਾਅਦ ਚ ਓ ਮਾਈ ਗੋਡ ਤੁਸੀਂ ਉਹ ਲਾਈਨ ਸੁਣ ਕੇ ਦੰਗ ਰਹਿ ਜਾਓਗੇ ਬਿਲਕੁਲ ਬਿਲਕੁਲ ਤੇ ਨਾ ਇੱਕ ਚੀਜ਼ ਜਿਹੜੀ ਹੈਗੀ ਹੈ ਆਈ ਜਸਟ ਵਾਂਟ ਦਿਸ ਫਨ ਟੂ ਹੈਪਨ ਬਿਕੋਜ਼ ਇਹਨਾਂ ਦੀ ਜਿਹੜੀ ਫਿਲਮ ਆ ਉਹ ਇੰਨੀ ਕੁ ਸੀਰੀਅਸ ਹੈਗੀ ਹੈ ਉਹ ਟ੍ਰੇਲਰ ਦੇਖਣ ਤੋਂ ਬਾਅਦ ਨਾ ਤੁਸੀਂ 2 ਮਿੰਟ ਨਿਕਲ ਨਹੀਂ ਪਾਉਂਦੇ ਔਰ ਉਹ ਸਿਨੇਮਾ ਦੀ ਬਿਊਟੀ ਹੈਗੀ ਹੈ ਕਿ ਤੁਸੀਂ ਉਸ ਦੇ ਨਾਲ ਕਹਿੰਦੇ ਨਾ ਕਿ ਉਹੀ ਫਿਲਮ ਤੁਹਾਡੇ ਜ਼ਿੰਦਗੀ ਦੇ ਵਿੱਚ ਜਾਂ ਜ਼ਿਹਨ ਦੇ ਵਿੱਚ ਰਹਿੰਦੀ ਹੈ ਜਿਹੜੀ ਨਾ ਕਿਤੇ ਜਦ ਥੀਏਟਰ ਤੋਂ ਨਿਕਲੋ ਉਹ ਤੁਹਾਡੇ ਨਾਲ ਰਹਿ ਜਾਵੇ ਹੈ ਨਾ ਅਤੇ ਮੈਨੂੰ ਲੱਗਦਾ ਹੈ ਅਤੇ ਤੁਹਾਡੇ ਨਾਲ ਆਪਣੇ ਕਿਰਦਾਰ ਦੀ ਕਿਹੜੀ ਐਸੀ ਚੀਜ਼ ਰਹਿ ਗਈ ਜਿਹਨੂੰ ਤੁਸੀਂ ਹਜੇ ਤੱਕ ਕੱਢ ਨਹੀਂ ਪਾਏ ਮੈਂ ਆਈ ਥਿੰਕ ਮੈਂ ਕੋਈ ਵੀ ਸੀਨ ਹੈ ਨਾ ਜਿਹੜਾ ਸਾਡਾ ਮੈਨੂੰ ਲੱਗਦਾ ਹਰ ਇੱਕ ਸੀਨ ਕਿਉਂਕਿ ਹਰ ਇੱਕ ਡਾਇਲੋਗ ਮੇਰਾ ਜਿਹੜਾ ਇੰਨੇ ਪਾਵਰਫੁਲ ਮਤਲਬ ਹਰ ਇੱਕ ਕੈਰੈਕਟਰ ਦਾ ਬਟ ਮੈਂ ਆਪਣੇ ਕੈਰੈਕਟਰ ਦੀ ਗੱਲ ਕਰ ਰਹੀ ਹਾਂ ਹਰ ਇੱਕ ਮਤਲਬ ਡਾਇਲੋਗ ਇੱਕ ਲਾਈਨ ਟੂ ਲਾਈਨ ਮਤਲਬ ਇੰਨਾ ਪਾਵਰਫੁਲ ਹੈ ਕਿ ਅਸੀਂ ਨਿਕਲ ਹੀ ਨਹੀਂ ਸਕਦੇ ਲਾਸਟ ਅਸੀਂ ਜਦੋਂ ਹਿਮਾਚਲ ਸ਼ੂਟ ਕਰ ਰਹੇ ਸੀ ਤੁਸੀਂ ਨਹੀਂ ਸੀ ਉੱਥੇ ਆਏ ਪਹਿਲਾਂ ਅਸੀਂ ਸ਼ੂਟ ਕਰ ਰਹੇ ਸੀ ਇੱਕ ਸੀਨ ਸੀਗਾ ਅਸੀਂ 6 ਘੰਟੇ ਤੋਂ ਲਗਾਤਾਰ ਉਹ ਸੀਨ ਕਰ ਰਹੇ ਸੀ ਔਰ ਹੈਵੀ ਸੀਗਾ ਕਾਫੀ ਉਹ ਸੀਨ ਅਤੇ ਅਸੀਂ ਬੈਠੇ ਸੀਗੇ ਮਤਲਬ ਕਿੰਨੇ ਟਾਈਮ ਤੋਂ ਟ੍ਰੇਲਰ ਵਿੱਚ ਵੀ ਹੈਗਾ ਉਹ ਸੀਨ ਅਤੇ ਸਾਨੂੰ ਥੋੜ੍ਹੇ ਟਾਈਮ ਲਈ ਇੱਦਾਂ ਲੱਗਿਆ ਅਸੀਂ ਬਹੁਤ ਜ਼ਿਆਦਾ ਡੀਪ ਚਲੇ ਗਏ ਸੀ ਮਤਲਬ ਸਾਨੂੰ ਸਮਝ ਹੀ ਨਹੀਂ ਆ ਰਹੀ ਸੀ ਫਿਰ ਅਸੀਂ ਪ੍ਰੇਮ ਜੀ ਨੂੰ ਕਿਹਾ ਪ੍ਰੇਮ ਜੀ ਥੋੜ੍ਹਾ ਜਿਹਾ ਸਾਨੂੰ ਲਾਈਕ ਅਸੀਂ ਆ ਜਾਈਏ ਬਾਹਰ ਤਾਂ ਕਿ ਫਿਰ ਹੋਰ ਪਰਫੋਰਮ ਕਰ ਸਕੀਏ ਮਤਲਬ ਇੰਨਾ ਜ਼ਿਆਦਾ ਸੀ ਕਿਰਦਾਰ ਤੋਂ ਬ੍ਰੇਕ ਲੈਣ ਦੀ ਲੋੜ ਪੈ ਰਹੀ ਸੀ ਕਿ ਹਾਂ ਅਸੀਂ ਇੰਨਾ ਕਨੈਕਟ ਹੋ ਗਏ ਸੀ ਨਾ ਕਿ ਨਹੀਂ ਥੋੜ੍ਹਾ ਜਿਹਾ ਆ ਜਾਈਏ ਬਾਹਰ ਫਿਰ ਬਿਕੋਜ਼ ਸਟਾਰਟ ਟੂ ਸਟਾਰਟ ਕਰਾਂਗੇ ਅਦਰਵਾਈਜ਼ ਕਿ ਅਸੀਂ ਇੰਨਾ ਜ਼ਿਆਦਾ ਸਾਰੇ ਮਰਜ ਹੋ ਗਏ ਸੀ ਬਟ ਸੱਚੀ ਆਈ ਐਮ ਫੀਲਿੰਗ ਬਲੈਸਡ ਟੂ ਬੀ ਅ ਪਾਰਟ ਆਫ ਚਿੜੀਆਂ ਦਾ ਚੰਬਾ ਕਿਉਂਕਿ ਐਜ਼ ਅ ਆਰਟਿਸਟ ਮੈਨੂੰ ਲੱਗਦਾ ਮੈਨੂੰ ਹੋਰ ਵੀ ਕਿਰਦਾਰ ਮਿਲਣਗੇ ਹੋਰ ਵੀ ਬਹੁਤ ਸਾਰੇ ਸਟੋਰੀ ਸਭ ਚੀਜ਼ਾਂ ਆਉਣਗੀਆਂ ਬਟ ਇੱਦਾਂ ਦੀ ਸਟੋਰੀ ਆਈ ਥਿੰਕ ਬਹੁਤ ਰੀਅਰ ਔਰ ਬਹੁਤ ਘੱਟ ਬਣਦੀਆਂ ਨੇ ਅਤੇ ਮੈਂ ਖੁਸ਼ ਹਾਂ ਕਿ ਮੈਂ ਇਸ ਨੂੰ ਚੂਜ਼ ਕੀਤਾ ਔਰ ਮੈਂ ਇਹਦਾ ਹਿੱਸਾ ਬਣੀ ਕਿਆ ਬਾਤ ਹੈ ਮੈਂ ਤਾਂ ਜਦੋਂ ਕੈਰੈਕਟਰ ਮਤਲਬ ਪਲੇ ਕਰਕੇ ਆਉਂਦੀ ਹਾਂ ਨਾ ਜਦੋਂ ਕੋਈ ਵੀ ਫਿਲਮ ਦਾ ਜਾਂ ਇਸ ਤੋਂ ਪਹਿਲਾਂ ਵੀ ਜੋ ਵੀ ਕਰਦੀ ਹਾਂ ਮੈਨੂੰ ਨਾ ਹਮੇਸ਼ਾ ਉਹ ਇੰਨਾ ਜ਼ਿਆਦਾ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਮੇਰੇ ਬਸ ਜਾਂਦਾ ਹੈ ਜ਼ਹਿਨ ਦੇ ਵਿੱਚ ਕਿ ਮੈਨੂੰ ਸੁਪਨੇ ਕੰਟੀਨਿਊਸਲੀ ਉਹੀ ਆਉਣ ਲੱਗ ਜਾਂਦੇ ਆ ਔਰ ਮੈਂ ਥੋੜ੍ਹੇ ਦਿਨ ਪਹਿਲਾਂ ਡੱਬਿੰਗ ਜਦੋਂ ਕਰ ਰਹੀ ਸੀ ਆਈ ਸਵੇਅਰ ਡਿੰਪਲ ਜੀ ਮੈਂ ਸਾਰੀ ਰਾਤ ਮੈਨੂੰ ਬਸ ਸਾਰਿਆਂ ਦੇ ਨਾ ਰੋਂਗਟੇ ਖੜੇ ਹੋ ਰਿਹਾ ਹੈ ਨਾ ਉਹ ਕਹਿ ਰਿਹਾ ਕੁਛ ਵਧੀਆ ਆ ਰਿਹਾ ਉਹਨਾਂ ਉਹ ਦੂਸਰੀ ਵਾਰ ਟ੍ਰੇਲਰ ਜ਼ਰੂਰ ਦੇਖੀ ਬਿਲਕੁਲ ਸੋਚੋ ਅਸੀਂ ਤਾਂ ਉਸ ਫਿਲਮ ਨੂੰ ਮਤਲਬ ਆਪਣੇ ਅੰਦਰ ਉਹਨਾਂ ਕਿਰਦਾਰਾਂ ਨੂੰ ਮਤਲਬ ਢਾਲਿਆ ਆ ਪ੍ਰੋਪਰ ਤਰੀਕੇ ਨਾਲ ਅਤੇ ਉਹ ਚੀਜ਼ ਕੈਰੀ ਕਰਕੇ ਜਦੋਂ ਤੁਸੀਂ ਜਾਂਦੇ ਹੋ ਮਤਲਬ ਯੂ ਕਿਉਂਕਿ ਜਦੋਂ ਵੀ ਕੋਈ ਤੁਸੀਂ ਕੈਰੈਕਟਰ ਪਲੇ ਕਰਦੇ ਹੋ ਨਾ ਅਤੇ ਤੁਸੀਂ ਹਰੇਕ ਚੀਜ਼ ਦੇ ਵਿੱਚ ਨਾ ਇੱਕ ਐਨਰਜੀ ਲੱਗਦੀ ਆ ਔਰ ਉਹ ਇੰਨਾ ਕੁ ਤੁਸੀਂ ਅੰਦਰ ਪਾ ਲੈਂਦੇ ਹੋ ਐਗਜ਼ੌਸਟ ਵੀ ਬੰਦਾ ਤਾਂ ਹੀ ਹੋ ਜਾਂਦਾ ਹੈ ਕੰਟੀਨਿਊਸਲੀ ਤੁਸੀਂ ਸੋਚੋ 25 ਘੰਟੇ ਦੀ ਸ਼ਿਫਟ ਕਰ ਰਹੇ ਹੋ ਐਂਡ ਯੂ ਆਰ ਪਲੇਇੰਗ ਦੈਟ ਕੈਰੈਕਟਰ ਤਾਂ ਓਬਵੀਅਸਲੀ ਉਹ ਥਰੂ ਆਊਟ ਕੈਰੀ ਹੋਊਗਾ ਇਟਸ ਨੋਟ ਈਜ਼ੀ ਟੂ ਗੈਟ ਆਊਟ ਆਫ ਦੈਟ ਬਿਲਕੁਲ ਤੇ ਮੈਂ ਨਾ ਲਾਈਕ ਤੁਹਾਡੇ ਵਾਸਤੇ ਤਾਂ ਲਾਈਕ ਇਹ ਐਸੀ ਚੀਜ਼ ਹੈ ਜਿਹੜੀ ਤੁਸੀਂ ਮੈਂ ਕਹਿੰਦਾ ਕਦੇ ਜ਼ਿੰਦਗੀ 'ਚ ਦੇਖੋ ਨਾ ਅਤੇ ਬਟ ਇਸ ਨੂੰ ਨਿਭਾਉਣਾ ਇਹ ਤਾਂ ਕਿਤੇ ਕਿਤੇ ਰਹਿ ਗਿਆ ਹੋਣਾ ਹੈ ਨਾ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਲਾਈਕ ਡੀਪ ਕੈਰੈਕਟਰ ਕਰਨਾ ਸਰ ਜਿਵੇਂ ਇਹ ਸਾਰੇ ਮੰਜੇ ਹੋਏ ਕਲਾਕਾਰ ਮੇਰੇ ਸਾਹਮਣੇ ਬੈਠੇ ਹੈ ਦਿਸ ਇਜ਼ ਨੋਟ ਅ ਪੋਲੀਟੀਕਲ ਸਟੇਟਮੈਂਟ ਨਾ ਮੈਂ ਤੁਹਾਨੂੰ ਦੱਸਦੀ ਅਤੇ ਆਪਾਂ ਨੂੰ ਸਾਰਿਆਂ ਨੂੰ ਵਰਕਸ਼ਾਪਸ 'ਚ ਵੀ ਇਹ ਸਿਖਾਇਆ ਜਾਂਦਾ ਕਿ ਕੈਮਰਾ ਔਨ ਹੋਊਗਾ ਤਾਂ ਕੈਰੈਕਟਰ ਔਨ ਪਿੱਛੇ ਔਫ ਠੀਕ ਹੈ ਇਹ ਈਜ਼ੀ ਹੁੰਦਾ ਬਟ ਜਦੋਂ ਇੱਦਾਂ ਦਾ ਡੀਪ ਕੈਰੈਕਟਰ ਹੋਵੇ ਨਾ ਉਦੋਂ ਜ਼ਰੂਰ ਕਿਤੇ ਨਾ ਕਿਤੇ ਉਹਦੇ ਕੁਛ ਕੰਨ ਰਹਿ ਜਾਂਦੇ ਆ ਮੈਨੂੰ ਇੱਕ ਚੀਜ਼ ਕਦੇ ਨਹੀਂ ਭੁੱਲੂਗੀ ਇੱਕ ਨਾ ਉਹੀ ਜੋ ਡੋਮੈਸਟਿਕ ਵਾਇਲੈਂਸ ਵਾਲਾ ਜੋ ਸੀਨ ਸੀ ਜਿੱਥੇ ਕਾਫੀ ਲੋਕ ਇਕੱਠੇ ਹੋ ਕੇ ਕੁੱਟਦੇ ਆ ਅਤੇ ਜਿੱਥੇ ਮੈਨੂੰ ਸੱਟ ਲੱਗੀ ਸੀ ਉਹ ਸੀਨ ਸ਼ੁਰੂ ਹੋਣ ਤੋਂ ਪਹਿਲਾਂ ਕਿਉਂਕਿ ਜਿਵੇਂ ਕਹਿ ਰਹੇ ਸੀ ਕਿ ਇੱਦਾਂ ਇੱਥੇ ਪੈ ਜੋ ਐਂਡ ਐਵਰੀਥਿੰਗ ਅਤੇ ਕੁਛ ਜੋ ਉੱਥੇ ਜੂਨੀਅਰਸ ਸੀਗੇ ਉਹ ਹੱਸਣ ਲੱਗ ਗਏ ਕਿਸੇ ਨੇ ਤਾਂ ਕੋਈ ਜੋਕ ਕੀਤਾ ਅਤੇ ਪ੍ਰੇਮ ਸਰ ਨੇ ਮਾਈਕ 'ਚ ਬੋਲਿਆ ਸੀ ਉਦੋਂ ਕਿ ਇਸ ਵਿਸ਼ੇ ਨੂੰ ਲੈ ਕੇ ਜੇ ਕਿਸੇ ਨੇ ਅੱਜ ਮਜ਼ਾਕ ਕੀਤਾ ਤਾਂ ਇੱਥੇ ਸ਼ੂਟ ਨਹੀਂ ਹੋਊਗਾ ਉਸ ਤੋਂ ਬਾਅਦ ਕਿਸੇ ਨੇ I want to clap for that director because oh kehne na feel dena bahut zaruri hai character aur environment dena bilkul 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 wow salute to sir and apart from that main na us din pehli baar exhaust ho gayi si kyunki apa mitti ch jivein tusi kehne sachi us din mitti ch rolna si te subah de 5:45 baj chukke si par jadon sir ne eh gal kahi na odon mainu realize hoya ki jehdi kudiyan ya jinna nu vi eh sab cheezan sachi ch haje vi gala par rahe jinna nu ਜਿਨ੍ਹਾਂ ਨੂੰ ਸੱਚੀ ਇਹ ਸਭ ਕੁਝ ਸਹਿਣਾ ਪੈਂਦਾ ਹੈ ਤੇ ਮੈਂ ਉਹਨਾਂ ਨੂੰ ਰੈਪਰੈਜ਼ੈਂਟ ਕਰਨੀ ਆ ਤੇ ਮੇਰੇ 'ਚ ਐਨਰਜੀ ਹੋਣੀ ਚਾਹੀਦੀ ਹੈ ਯੂ ਕਾਂਟ ਲੂਜ਼ ਮੋਟੀਵੇਸ਼ਨ ਮੈਨੂੰ ਹਮੇਸ਼ਾ ਯਾਦ ਕਹਿੰਦੇ ਕਿ ਨਾ ਲਾਈਕ ਚਾਹੇ ਸਾਡਾ ਸਮਾਜ ਜਿੰਨਾ ਮਰਜ਼ੀ ਅੱਗੇ ਵੱਧ ਜਾਵੇ ਕੁੜੀਆਂ ਲਈ ਹਜੇ ਵੀ ਔਕੜਾਂ ਬਹੁਤ ਵੱਧ ਨੇ ਕਹਿੰਦੇ ਨਾ ਕੁੜੀਆਂ ਦੀ ਜ਼ਿੰਦਗੀ ਆਪਾਂ ਨੂੰ ਦੇਖਣ ਨੂੰ ਕਈਆਂ ਨੂੰ ਲੱਗਦੀ ਹੈ ਨਹੀਂ ਯਾਰ ਹੈ ਨਾ ਇਹ ਤਾਂ ਹੰਕੀ ਡੋਰੀ ਹੈ ਬਟ ਨਹੀਂ ਲਾਈਕ
ਕਹਿੰਦੇ ਨਾ ਹਰ ਕੁੜੀ ਦੇ ਲਾਈਕ ਤੁਸੀਂ ਤਾਂ ਹਜੇ ਜ਼ਿੰਦਗੀ ਦੇ ਬਹੁਤ ਛੋਟੇ ਪੜਾਵ 'ਤੇ ਹੋਣੇ, ਬਹੁਤ ਅੱਗੇ ਦੁਨੀਆ ਦੇਖਣੀ ਹੈ। ਭਾਬੀ ਜੀ ਤੁਸੀਂ ਸਮਝੋਗੇ ਇਸ ਗੱਲ ਨੂੰ ਕਿ ਕਹਿੰਦੇ ਨਾ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਮੂਮੈਂਟ ਆਉਂਦਾ ਆ ਜੋ ਉਸਨੂੰ ਬੇਹੱਦ ਸਟਰੋਂਗ ਬਣਾ ਦਿੰਦਾ ਹੈ, ਹੈ ਨਾ। ਆਈ ਵਾਂਟ ਟੂ ਨੋ ਕਿ ਉਹ ਤੁਹਾਡੀ ਜ਼ਿੰਦਗੀ 'ਚ ਕਿਹੜਾ ਮੂਮੈਂਟ ਰਿਹਾ ਜਿਸ ਨੇ ਤੁਹਾਨੂੰ ਬਦਲ ਦਿੱਤਾ ਅਤੇ ਤੁਹਾਨੂੰ ਹੋਰ ਸਟਰੋਂਗ ਬਣਾ ਦਿੱਤਾ। ਮੇਰੀ ਜ਼ਿੰਦਗੀ ਦੇ ਵਿੱਚ ਮੈਂ ਮੂਮੈਂਟ ਨਹੀਂ ਕਹੂੰਗੀ, ਮੇਰੀ ਜ਼ਿੰਦਗੀ 'ਚ ਮੇਰਾ ਇਨਸਾਨ ਹੈ, ਮੇਰੇ ਹਸਬੈਂਡ ਨੇ ਸੁਖਵਿੰਦਰ ਸਿੰਘ ਕਰੋੜ, ਤੁਸੀਂ ਵੀ ਜਾਣਦੇ ਹੋ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਅੱਜ ਜੇ ਇੱਥੇ ਬੈਠੀ ਹਾਂ ਜਾਂ ਸਟਰੋਂਗ ਹਾਂ ਆਪਣੇ ਕੰਟੈਂਟ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ ਲੈ ਕੇ, ਤਾਂ ਉਹਨਾਂ ਦੀ ਬਦੌਲਤ ਆ। ਤਾਂ ਮੈਨੂੰ ਇਹ ਲੱਗਦਾ ਕਿ ਹਰੇਕ ਕੁੜੀ ਦੇ ਜ਼ਿੰਦਗੀ ਦੇ ਵਿੱਚ ਉਹਦੇ ਹਸਬੈਂਡ ਹੁੰਦੇ ਨੇ, ਉਹਦਾ ਬ੍ਰਦਰ ਹੁੰਦਾ, ਉਹਦੇ ਫਾਦਰ ਹੁੰਦੇ ਨੇ, ਮਦਰ ਹੁੰਦਾ ਜਾਂ ਬੇਟਾ ਹੁੰਦਾ, ਇਹੀ ਉਹ ਕਿਰਦਾਰ ਨੇ ਜਿਹੜੇ ਕੁੜੀਆਂ ਨੂੰ ਸਟਰੋਂਗ ਬਣਾਉਂਦੇ ਨੇ। ਔਰ ਹਰੇਕ ਘਰ ਦੇ ਵਿੱਚ ਇਹ ਸਾਰੇ ਹੁੰਦੇ ਨੇ, ਅਤੇ ਉੱਥੇ ਉੱਥੇ ਹੀ ਕੁੜੀਆਂ ਦੱਬਦੀਆਂ ਨੇ, ਅਤੇ ਉਹਨਾਂ ਕਿਰਦਾਰਾਂ ਕਰਕੇ ਕੁੜੀਆਂ ਸਟਰੋਂਗ ਹੁੰਦੀਆਂ ਨੇ। ਅਤੇ ਮੈਂ ਚਾਹੁੰਦੀ ਇਸ ਦਰਸ਼ਕਾਂ ਨੂੰ ਮੈਂ ਇਹ ਗੱਲ ਕਹੂੰਗੀ ਕਿ ਕੁੜੀਆਂ ਨੂੰ, ਭੈਣਾਂ ਨੂੰ, ਆਪਣੀਆਂ ਬੇਟੀਆਂ ਨੂੰ ਜਾਂ ਨੂੰਹਾਂ ਨੂੰ ਵੀ, ਮੈਂ ਇਸ ਘਰ ਦੀ ਨੂੰਹ ਹਾਂ, ਮੈਂ ਪਿੱਛੋਂ ਮੈਂ ਸੋਹੀ ਹਾਂ, ਇੱਥੇ ਆ ਕੇ ਮੈਨੂੰ ਕਰੋੜ ਸਰ ਨੇ ਮਿਲਿਆ, ਤਾਂ ਸਹੁਰਿਆਂ ਦੇ ਵਿੱਚ ਹੀ ਮੈਂ ਸਟਰੋਂਗ ਹੋਈ ਹਾਂ। ਕੀ ਬਾਤ ਹੈ, ਬਿਲਕੁਲ ਬਿਲਕੁਲ। ਇਸ ਲਈ ਕੁੜੀਆਂ ਨੂੰ ਸਪੋਰਟ ਕਰੋ। ਬਿਲਕੁਲ। ਅਤੇ ਨੇਹਾ, ਤੁਹਾਡੀ ਜ਼ਿੰਦਗੀ 'ਚ ਐਸਾ ਕਿਹੜਾ ਮੂਮੈਂਟ ਰਿਹਾ ਜਿਸ ਨੇ ਤੁਹਾਨੂੰ ਬਦਲਿਆ ਅਤੇ ਇੱਕ ਸਟਰੋਂਗ ਵਿਮੈਨ ਬਣਾ ਦਿੱਤਾ? ਮੇਰੀ ਜ਼ਿੰਦਗੀ 'ਚ ਐਕਚੁਅਲੀ ਬਹੁਤ ਬਹੁਤ ਸਾਰੇ ਮੂਮੈਂਟਸ ਰਹੇ ਆ ਜੀ। ਕੋਈ ਨਹੀਂ, ਇੰਨੀ ਸਟਰੋਂਗ ਆ, ਯੇ ਤੂਫਾਨ ਕੇ ਆਨੇ ਸੇ ਪਹਿਲੇ ਕੀ ਸ਼ਾਂਤੀ। ਮਤਲਬ ਮੈਂ ਆਈ ਕਾਂਟ ਡਿਸਕਸ ਐਵਰੀਥਿੰਗ, ਬਟ ਯਾਰ ਲੋਟ ਆਫ, ਜਦੋਂ ਤੁਸੀਂ ਘਰੋਂ ਨਿਕਲਦੇ ਹੋ, ਲਾਈਕ ਲੋਟ ਆਫ ਥਿੰਗਸ ਹੈਪਨ ਇਨ ਯੋਰ ਲਾਈਫ ਜੋ ਤੁਹਾਨੂੰ ਕਦੀ ਕਦੀ, ਮਤਲਬ ਈਵਨ ਵੈਨ ਯੋਰ ਪੇਰੈਂਟਸ ਆ ਦੇਅਰ, ਸਾਰੇ ਲੋਕ ਹੁੰਦੇ ਆ ਤੁਹਾਡੇ ਸਪੋਰਟਸ, ਬਟ ਲਾਈਕ ਲੋਟ ਆਫ ਥਿੰਗਸ ਆ ਦੇਅਰ ਵਿਚ ਯੂ ਕੈਨੋਟ ਡਿਸਕਸ ਵਿਦ ਯੋਰ ਪੇਰੈਂਟਸ ਆਲਸੋ। ਸੋ ਉਹ ਚੀਜ਼ ਜਦੋਂ ਤੁਸੀਂ ਵੈਨ ਯੂ ਗੋ ਥਰੂ ਇਟ ਇਕੱਲੇ, ਯੂ ਬਿਕਮ ਰੀਅਲੀ ਸਟਰੋਂਗ। ਮਤਲਬ ਤੁਸੀਂ ਕਹੀ ਕਹੀ ਚੀਜ਼ਾਂ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਤੁਸੀਂ ਕਰੀਅਰ ਦੇ ਵਿੱਚ, ਹੈ ਨਾ, ਜਿੱਥੇ ਤੱਕ ਹੁਣ ਤੱਕ ਪਹੁੰਚੇ ਹੋ, ਐਵਰੀ ਵਨ ਇਜ਼ ਪ੍ਰਾਊਡ ਆਫ ਯੂ। ਬਹੁਤ ਸਾਰੇ ਐਸੇ ਲੋਕ ਜਿਹੜੇ ਸਿਨੇਮਾ ਨੂੰ ਬਹੁਤ ਘੱਟ ਵੀ ਵੇਖਦੇ ਨੇ, ਉਹ ਤੁਹਾਨੂੰ ਜਾਣਦੇ ਨੇ, ਔਰ ਤੁਹਾਡਾ ਜਿਹੜਾ ਹਾਲੇ ਰਾਹ ਹੈ ਉਹ ਬਹੁਤ ਵੱਡਾ ਤੁਸੀਂ ਤੈਅ ਕਰਨਾ, ਅਤੇ ਜਿਹੜੀ ਤੁਹਾਡੀ ਸਟਰੈਂਥ ਹੈ ਨਾ, ਇਹ ਜਿਹੜੇ ਹੰਝੂ ਨਿਕਲਦੇ ਨੇ, ਇਹ ਉਸ ਔਕੜਾਂ ਦੇ ਸਮੇਂ ਨੂੰ ਚੇਤਾ ਕਰਕੇ, ਹੈ ਨਾ, ਨਿਕਲਦੇ ਨੇ। ਬਟ ਲਾਈਕ ਅਸੀਂ ਤੁਹਾਡੇ ਹੰਝੂਆਂ ਤੋਂ ਜਸਟ ਅੰਦਾਜ਼ਾ ਲਗਾ ਸਕਦੇ ਹਾਂ ਤੁਸੀਂ ਕੀ ਫੇਸ ਕੀਤਾ ਹੋਏਗਾ, ਬਟ ਇਹਨਾਂ ਹੰਝੂਆਂ ਦੇ ਵਿੱਚੋਂ ਮੈਂ ਜਾਣਨਾ ਚਾਹੂੰਗਾ, ਉਹ ਕੀ ਹੈ ਜਿਸਨੇ ਨੇਹਾ ਨੂੰ ਤੁਰੰਤ ਮਜਬੂਰ ਕੀਤਾ ਅਤੇ ਨੇਹਾ ਨੂੰ ਕਿਹਾ ਕਿ ਤੂੰ ਗਿਵ ਅਪ ਨਹੀਂ ਕਰ ਸਕਦੀ? ਮੈਂ ਕਹੂੰਗੀ ਇਹ ਅੰਦਰ ਹੀ ਤੁਹਾਡੇ ਇੱਕ ਸਟਰੈਂਥ ਹੁੰਦੀ ਕਿਤੇ ਨਾ ਕਿਤੇ, ਨਾ ਕਹਿੰਦੇ ਆ ਨਾ ਜਦੋਂ ਤੁਹਾਨੂੰ ਕੋਈ ਰਾਹ ਨਹੀਂ ਦਿਖਾਈ ਦਿੰਦਾ ਬਟ ਤੁਹਾਡੇ ਅੰਦਰ ਉਹ ਪੋਜ਼ਿਟਿਵਿਟੀ ਹੁੰਦੀ ਹੈ ਤਾਂ ਤੁਹਾਡਾ ਪਰਮਾਤਮਾ ਬਹੁਤ ਸਾਥ ਦਿੰਦਾ। ਐਂਡ ਆਈ ਐਮ ਸੋ ਥੈਂਕਫੁਲ ਟੂ ਗੋਡ, ਆਈ ਐਮ ਰੀਅਲੀ ਰੀਅਲੀ ਥੈਂਕਫੁਲ ਟੂ ਗੋਡ ਕਿ ਪਰਮਾਤਮਾ ਨੇ ਮਤਲਬ ਮੈਨੂੰ ਬਹੁਤ ਕੁਛ ਦਿੱਤਾ। ਮਤਲਬ ਜੋ ਵੀ ਲਾਈਕ ਸਾਰੇ ਲੋਕਾਂ ਦੀ ਲਾਈਫ 'ਚ ਕੁਛ ਨਾ ਕੁਛ ਇੰਸੀਡੈਂਟਸ ਹੁੰਦੇ ਆ, ਠੀਕ ਹੈ, ਮਤਲਬ ਫਿਊ ਪੀਪਲ ਦੇ ਹਾਈਡ ਇਟ, ਹੈ ਨਾ। ਮੈਂ ਉਹੀ ਕਹਿ ਰਹੀ ਹਾਂ ਖਿਆਲਾਂ ਦੀ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਆ। ਪਬਲਿਕ ਪਰਸਨੈਲਿਟੀ ਤੁਸੀਂ ਖੁੱਲ੍ਹ ਕੇ ਆਉਂਦੇ ਹੋ ਤਾਂ ਉਹ ਲੋਕਾਂ ਨੂੰ, ਹਾਂਜੀ ਹਾਂਜੀ ਹਾਂਜੀ, ਅਤੇ ਮੈਨੂੰ ਲੱਗਦਾ ਹੈ ਕਿ ਕੁਛ ਚੀਜ਼ਾਂ ਜੋ ਮੈਂ ਆਪਣੀ ਲਾਈਫ ਦੇ ਵਿੱਚ ਗਲਤੀ ਕੀਤੀ ਦਬਾ ਕੇ ਰੱਖਣ ਦੀ ਆ, ਮੈਨੂੰ ਲੱਗਦਾ ਤੁਹਾਨੂੰ ਨਾ ਹਮੇਸ਼ਾ ਆਪਣੀ ਚੀਜ਼ਾਂ ਨਾ ਸ਼ੇਅਰ ਕਰਦੀਆਂ ਨੇ, ਦਿਲ ਖੋਲ੍ਹ ਕੇ ਸ਼ੇਅਰ ਕਰਦੀਆਂ। ਬਟ ਉਹ ਮੂਮੈਂਟ ਮੇਰੀ ਲਾਈਫ ਦੇ ਵਿੱਚ ਇੱਦਾਂ ਦੇ ਸੀ ਜਿੱਥੇ ਮਤਲਬ ਰੱਬ ਨੇ ਮੈਨੂੰ ਬਚਾਇਆ, ਮਤਲਬ ਮੈਨੂੰ ਹੋਰ ਸਟਰੋਂਗ ਬਣਾਇਆ। ਐਂਡ ਅੱਜ ਮੈਨੂੰ ਲੱਗਦਾ ਹੈ ਕਿ ਜੋ ਹੋਇਆ ਲਾਈਫ ਦੇ ਵਿੱਚ, ਜੋ ਵੀ ਹੋਇਆ ਐਕਸ ਵਾਈ ਜ਼ੈਡ, ਉਹ ਬਹੁਤ ਵਧੀਆ ਹੋਇਆ, ਬਿਕੋਜ਼ ਸ਼ਾਇਦ ਉਹ ਅਗਰ ਮੂਮੈਂਟਸ ਨਾ ਹੁੰਦੇ ਤਾਂ ਅੱਜ ਮੈਂ ਇੱਕ ਯੂਨੋ ਪਬਲਿਕ ਫੇਸ ਨਾ ਹੁੰਦੀ, ਕਿਉਂਕਿ ਉਹ ਚੀਜ਼ ਤੁਹਾਨੂੰ ਸਟਰੈਂਥ ਦਿੰਦੀ ਆ ਕਿ ਮੈਂ ਅੱਗੇ ਵਧਣਾ, ਮੈਂ ਇੱਥੇ ਹੀ ਕੁਛ ਕਰਨਾ ਆ। ਬ੍ਰੇਕਿੰਗ ਪੁਆਇੰਟ ਜਿਹੜਾ ਹੁੰਦਾ ਨੇ, ਮੈਂ ਥੋੜ੍ਹਾ ਜਿਹਾ ਇਸ ਕਨਵਰਸੇਸ਼ਨ ਨੂੰ ਅੱਗੇ ਇਸ ਕਰਕੇ ਲੈ ਕੇ ਜਾਣਾ ਚਾਹੁੰਦਾ ਕਿ ਅੱਜ ਹੰਝੂ ਬਾਹਰ ਆਏ ਨੇ, ਤਾਂ ਮੈਂ ਇਸ ਚੀਜ਼ 'ਤੇ, ਜਦ ਤੁਸੀਂ ਉਸ ਟੌਪ ਮੂਮੈਂਟ 'ਤੇ ਸੀਗੇ ਜਿੱਥੇ ਤੁਹਾਨੂੰ ਲੱਗਦਾ ਸੀਗਾ ਕਿ ਇਸ ਤੋਂ ਬੁਰਾ ਕੁਛ ਨਹੀਂ ਹੋ ਸਕਦਾ, ਇਸ ਤੋਂ ਮਾੜਾ ਕੁਛ ਨਹੀਂ ਹੋ ਸਕਦਾ, ਉੱਥੋਂ ਬ੍ਰੇਕਿੰਗ ਪੁਆਇੰਟ ਤੋਂ ਵਾਪਸ ਆਉਣਾ ਕਿਹੋ ਜਿਹਾ ਸੀਗਾ, ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਵਾਪਸ ਲੈ ਕੇ ਆਈ? ਬਹੁਤ ਡਿਪਰੈਸ਼ਨ ਹੁੰਦਾ ਆ, ਯੂ ਗੋ ਥਰੂ ਲਾਈਕ, ਹਰੇਕ ਬੰਦਾ ਡਿਪਰੈਸ਼ਨ ਦੇ ਫੇਸ ਤੋਂ ਜਾਂਦਾ ਆ। ਮਤਲਬ ਡਿਪਰੈਸ਼ਨ, ਮਤਲਬ ਇਟਸ ਨੋਟ ਜਸਟ ਅ ਵਰਡ, ਵੈਨ ਯੂ ਆਰ ਇਨ ਟੂ ਦੈਟ ਜ਼ੋਨ ਨਾ, ਤੁਸੀਂ ਯੂ ਕਾਂਟ ਸੀ ਥਰੂ, ਮਤਲਬ ਤੁਸੀਂ ਕੁਛ ਨਹੀਂ ਦੇਖ ਪਾਉਂਦੇ, ਤੁਹਾਨੂੰ ਕੁਛ ਮਤਲਬ ਡਾਰਕਨੈਸ ਨਜ਼ਰ ਆਉਂਦੀ ਹੈ, ਤੁਹਾਨੂੰ ਇੱਕ ਵੇ ਆਊਟ ਨਹੀਂ। ਬਟ ਮੈਂ ਉਸ ਵਕਤ, ਮਤਲਬ ਮੇਰੇ ਅੰਦਰ ਪਤਾ ਨਹੀਂ ਕਿੱਥੋਂ ਉਹ ਸਟਰੈਂਥ ਆਈ ਕਿ ਨੇਹਾ ਨੋ, ਲਾਈਕ ਕੁਛ ਜੇ ਤੈਨੂੰ ਲੱਗ ਰਿਹਾ ਨਾ ਤੂੰ ਨਹੀਂ ਕਰ ਸਕਦੀ, ਮੈਨੂੰ ਲੱਗ ਰਿਹਾ, ਮੈਂ ਉਸੇ ਵੇਲੇ ਆ ਸੋਚਿਆ ਕਿ ਨਹੀਂ,
तू आही करना है लाइफ दे विच, तू अपने आप नू स्ट्रोंग बनाना है, अपने आप नू नॉट टू प्रूव दिस वर्ल्ड बट एक होंदा है ना अपने माइंड नू स्ट्रोंग बनाना, एक तुसी किसी दे लई कल नू मोटिवेशन बनो ताकि मैं 10 होर लोगों नू मोटिवेट कर सकां लाइफ च कि मतलब जिंदगी सिर्फ इत्थे तक नहीं है, जिंदगी तो बहुत लंबी है। और बहुत मेरे ऐसे दोस्त ने जिन्होंने मेरा बहुत साथ दिता, आई एम रियली थैंकफुल टू दैम कि उस जोन चो मैं निकली और अज की डेट च मतलब मैं इत्थे हाँ। और परमात्मा ने बहुत ग्राउंडेड रखे, हम्बल रखे और मैं इसी तरह हमेशा काम करना चाहती हूँ। कुड़ी ने बहुत चंगा काम हुण तक कीता है ते हुण चिड़िया दा चंबा च बहुत वधिया काम करेगी एंड जस्ट ठीक है क्लैपिंग फॉर योर स्ट्रेंथ। जिथों कहने ना तुसी जिथों भी निकल के आए हो है ना ते रब तुहानू ओह तो भी उत्ते लैके जावे। मैं कह सकदा एड्डी जगह कि लोग जिन्हां ने भी तुहानू नुकसान पहुँचाया या जो भी तुहाडी जिंदगी च होया वह कहण यार काश अज सानू जानदी हुंदी ते अज साडे नाल वधिया टर्म्स ते हुंदी या फिर वह कहणगे इह ना इहनू असीं जाणदे आ समझो। तो असीं वह दिन कहने ना रब दिखाएगा जरूर जी। भाभी जी प्लीज़ प्लीज़ नेहा पहली गल तो तुसीं अपने आप नूं कदे वीक नहीं समझना क्योंकि जदों बंदा बुरे समय चों निकलदा ना वह बुरा समा बुरा नहीं हुंदा, एक्चुअली वह लर्निंग टाइम हुंदा। ते जे तुसीं उहदे च गिव अप नहीं ना कीता इट मीनस तुहाडे तों ज़्यादा स्ट्रोंग कोई नहीं हैगा। कहिंदे ने एक्सपीरियंस चंगा माड़ा नहीं हुंदा, एक्सपीरियंस चंगा माड़ा नहीं हुंदा, एक्सपीरियंस एक्सपीरियंस हुंदा। ते शरण तुहाडी जिंदगी दा ऐसा किहड़ा मोमेंट? आई थिंक बहुत सारिया चीज़ा हूँ तक चलते आते हैं बट जरा सब तो ज़्यादा मैनू आई थिंक स्ट्रोंग मेरी जो स्ट्रेंथ है टिल नाउ मेरी मदर आ बिकॉज मैं आई थिंक हूँ 16 साल की हूँ जो मेरे पापा चले गए थे तो मैं बहुत बहुत ज़्यादा रोंदी होंगी सी। एक मंथ भी नहीं मोर दैन 2.5 months मैं ना रोंदी रही सी एक कमरे च बह के मतलब बहुत ज़्यादा रोना। तो ना मम्मी आए मैं उन्होंने मैं कहें कि जे तेरे रोना तेरे पापा वापस आ जाते हैं तो तू रोई जा सारी उम्र बैठ के ये कोई फर्क नहीं पैना। तो जे तू लाइफ से कुछ करेंगी ना तो तू उन्होंने प्राउड फील कराएंगी तो उन्होंने भी बहुत खुशी होगी। तो हूँ मैं जो जो भी कोई चीज़ करती हूँ ना मैं हमेशा उन्होंने मतलब याद करती हूँ और ये कहनी हाँ कि यस प्राउड आओ मेरे से आई एम स्ट्रोंग इनफ। आई डोंट नो असी बहुत मजाक तो गल्ला शुरू करते हैं, मैं इसलिए चीज़ों लाइट रखता हूँ कि जब असी थोड़ा डीप जाने लगते हैं चीज़ा इमोशनल हो जाती हैं बट जिंदगी दियाँ कहने ना जिंदगी दे विच सिर्फ हासा नहीं हुंदा, जिंदगी दे विच बहुत सारे इमोशन हुंदे ने ते उना विच्चों ही जिहड़े कुछ खास इमोशन ने वो इस फिल्म च दिखणगे। मैं इन्हां सारिया की स्ट्रेंथ देखी है, मैं इस फिल्म बारे इस करके ज़्यादा गल कर पा रहा कि मैं इस करके फिल्म के सैट पर जाना भाभी जी कि मैं देखा कि उत्थे कितनी मेहनत लगी है इन सारिया कुड़ियों की स्ट्रगल लाइक भाभी जी चाहे हुण एक प्रिविलेज साइड नाल वो कर रहे हैं बट उन्होंने भी जिंदगी दे विच कोई चीज़ है उन्होंने अखा भी जब गल कर रहे थे जब नम हुई मैंने पता कितना कितने हरेक ने जिंदगी दे विच वो चीज़ा देखिया ने। मैं गल कहना चाहूँगा इन्हों सारिया कुड़ियों के बिच बह के रिस्पैक्ट विमेन, मजाक करो सब करो फन करो बट दिल दे विच एक रिस्पैक्ट हर जिहड़ी भी जिंदगी तुहाडे औरत हैगी है रखो क्योंकि उन्हां दियां जिहड़ियां औकड़ां ने वो कितना कितने साडे नालों बेहद वध ने ते इन्हां औकड़ां नूं दर्शाउंदी होई ते सिनेमा दे विच विमेन पावर नूं होर स्ट्रोंग करदी होई एक फिल्म आ रही है जिन्हों वेखोंगे तुसीं ते कहोंगे कि हाँ यार ये कुछ चक्कण की कोशिश। मैनू नहीं पता फिल्म कैसी है ठीक है, आई रियली डोंट नो, जब देखांगे तद पता लगेगा कि क्या है उस फिल्म दे विच बट आई एम श्योर कि थोड़ी जी कोशिश है इन्हां दी नम अखा दस रही ने। जो मैं 5 मिनट और गल की ना मैं रोंदा बहुत बड़ा लगेगा पिछे चलाता फड़ के मेनू एक खले है नी कुड़ी साड़ी अमायरा उन्होंने भी असं मिलेंगे बहुत जल्द जो आवे तो लेकिन तद तक मेरे खिलर गए ने वाल लैके आओ कंगा 13 तरीक आ रही है चिड़िया दा चंबा स्टार कास्ट नाल गल करके जो चंगा लगा आई कांट एक्सप्लेन। तो उम्मीद करांगे कि तुहानू इह गलबात पसंद आई होएगी, इन्हां नू इन्हां दे काम लई प्यार दिओ, जो भी तुहानू लगता इन्हां तक अपना फीडबैक पहुँचाया करो, एक कलाकार बस आही चाहुंदा है। कैमरामैन संदीप दे नाल भवनीत कौशल साइनिंग ऑफ, कीप वॉचिंग ABP सांझा।